ਸਾਡੀ ਉਮਰ ਹੋ ਗਈ 47 ਦੇ ਕਰੇ ਜਦੋਂ ਪਿਆਰ ਤੋਂ ਮੇਰੀ ਉਮਰ ਸੀ 13 ਸਾਲ ਅਸੀਂ ਇੰਡੀਆ ਚ ਆਏ ਸਾਡਾ ਸੀ ਜ਼ਿਲ੍ਹਾ ਕਾਂਗੜਾ ਜ਼ਿਲ੍ਹਾ ਕਾਂਗੜਾ ਜ਼ਿਲ੍ਹਾ ਕਾਂਗੜਾ ਜੀ ਜੀ ਗੁਰਦਾਸਪੁਰ ਅਸੀਂ ਪਠਾਨਕੋਟ ਜਿਹੜੇ ਸਾਡੀ ਤਹਿਸੀਲ ਹੈ ਪਠਾਨਕੋਟ ਜੀ ਜੀ ਸਾਡੀ ਤਹਿਸੀਲ ਹੈ ਨੂਰਪੁਰ ਕਾਂਗੜੇ ਦੀ ਤਹਿਸੀਲ ਹੈ ਨੂਰਪੁਰ ਤੇ ਗੁਰਦਾਸਪੁਰ ਦੀ ਤਹਿਸੀਲ ਹੈ ਪਠਾਨਕੋਟ ਗੁਰਦਾਸਪੁਰ ਦੀ ਤਹਿਸੀਲ ਹੈ ਪਠਾਨਕੋਟ ਠੀਕ ਹੈ ਅਸੀਂ ਤੇ ਦਰਮਿਆਨ ਵਿੱਚ 8 ਮੀਲ ਸਾਥੋਂ ਗੁਰਦਾਸਪੁਰ ਇਹ ਪਠਾਨਕੋਟ ਜੀ ਅੱਛਾ ਜੀ 6 ਮੀਲ ਨੂਰਪੁਰ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਨਾਜ਼ਰੀਨ ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਸ਼ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਆਪਣਾ ਮੁੰਡੀ ਖੇਲ ਅੱਜ ਆਪਣੇ ਨਾਜ਼ਰੀਨ ਨੂੰ ਦੱਸਦੇ ਜਾਈਏ ਕਿ ਅੱਜ ਪਾਕਿਸਤਾਨ ਦਾ ਲਾਸਟ ਪਿੰਡ ਹੈ ਫਤੂਈ ਚੱਕ ਬਿਲਕੁਲ ਬਾਰਡਰ ਦੇ ਲੱਗ ਗਿਆ ਨਜ਼ਦੀਕ ਹੈ ਅੱਜ ਬਹੁਤ ਸਾਰੇ ਸਾਡੇ ਦੋਸਤ ਜਿਹੜੇ ਬਾਹਰ ਦੇ ਮੁਲਕਾਂ 'ਚ ਰਹਿੰਦੇ ਸੀ ਔਰ ਸਾਡੇ ਸਰਹੱਦ ਪਾਰ ਤੋਂ ਕਾਫੀ ਦੋਸਤ ਔਰ ਦੂਸਰੇ ਜਿਹੜੇ ਬਾਹਰ ਦੇ ਮੁਲਕਾਂ 'ਚ ਗਏ ਜਾਂ ਜਿਹੜੇ ਇਸ ਪਿੰਡ ਦੇ ਛੱਡ ਛਡਾ ਕੇ ਸ਼ਹਿਰਾਂ 'ਚ ਸ਼ਿਫਟ ਹੋ ਗਏ ਨੇ ਉਹਨਾਂ ਦੀ ਬੜੀ ਰਿਕੁਐਸਟ ਸੀ ਕਿ ਤਨਵੀਰ ਭਾਈ ਸਾਡੇ ਪਿੰਡ ਦੀ ਨਾ ਫਤੂਈ ਚੱਕ ਦੀ ਵੀਡੀਓ ਬਣਾ ਸਾਡੇ ਕਿਸੇ ਬਜ਼ੁਰਗ ਦਾ ਜਾ ਕੇ ਇੰਟਰਵਿਊ ਕਰ ਅੱਜ ਅਸੀਂ ਮਾਸ਼ਾਅੱਲਾ ਜੀ ਵਿਕਾਸ ਭਾਈ ਨੇ ਸਾਡੇ ਬਾਹਰੋਂ ਆਏ ਨੇ ਵੀ ਔਰ ਇਹਨਾਂ ਦੀ ਵਜ੍ਹਾ ਨਾਲ ਤੁਸੀਂ ਅੱਜ ਵੀਡੀਓ ਦੇਖ ਰਹੇ ਹੋ ਕਿ ਵਿਕਾਸ ਭਾਈ ਮੈਨੂੰ ਲੈ ਕੇ ਆਏ ਨੇ ਫਤੂਈ ਚੱਕ ਔਰ ਬਜ਼ੁਰਗ ਨੇ ਸਾਡੇ ਇਹਨਾਂ ਨਾਲ ਗੱਪਸ਼ਪ ਲਾਉਂਦੇ ਹਾਂ ਤੁਹਾਡੇ ਨਾਲ ਸ਼ੇਅਰ ਕਰਨੇ ਆ ਅਸਲਾਮ ਅਲੈਕਮ ਬਜ਼ੁਰਗੋ ਵਾਲੇਕੁਮ ਸਲਾਮ ਕੀ ਹਾਲ ਆ ਬਜ਼ੁਰਗੋ ਠੀਕ ਠਾਕ ਜੀ ਅੱਲਾਹ ਦਾ ਫਜ਼ਲ ਅੱਛਾ ਮਾਸ਼ਾਅੱਲਾ ਬਜ਼ੁਰਗੋ ਆਪਣਾ ਕੀ ਨਾਮ ਆ ਤੁਹਾਡਾ ਮਾਸ਼ਾਅੱਲਾ ਦੱਸੋ ਸਾਡੇ ਨਾਜ਼ਰੀਨ ਨੂੰ ਜ਼ਰਾ ਮੇਰਾ ਨਾਮ ਹੈ ਬਰਕਤ ਅਲੀ ਬਰਕਤ ਅਲੀ ਤੁਹਾਡਾ ਨਾਮ ਹੈ ਜੀ ਹਾਂ ਤਾਂ ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਹੈ ਮੇਰੇ ਵਾਲਦ ਸਾਹਿਬ ਦਾ ਨਾਮ ਜੇ ਮਜ਼ਾਰੀ 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 ਤੁਹਾਨੂੰ ਆਪਣੇ ਦਾਦਾ ਜੀ ਦਾ ਨਾਮ ਆਉਂਦਾ ਹਾਂਜੀ ਕੀ ਨਾਮ ਆ ਉਹਨਾਂ ਦਾ ਆਪਣੇ ਬਜ਼ੁਰਗ ਬਰਕਤ ਅਲੀ ਸਾਹਿਬ ਦੱਸਦੇ ਪਏ ਨੇ ਅੱਛਾ ਬਜ਼ੁਰਗੋ ਮਾਸ਼ਾਅੱਲਾ ਕਿੰਨੀ ਕੁ ਤੁਹਾਡੀ ਉਮਰ ਹੋ ਗਈ ਆ ਸਾਡੀ ਉਮਰ ਹੋ ਗਈ 47 ਦੇ ਕਰੇ ਜਦੋਂ ਪਿਆਰ ਤੋਂ ਮੇਰੀ ਉਮਰ ਸੀ 13 ਸਾਲ ਜਦੋਂ ਪਾਕਿਸਤਾਨ ਹਿੰਦੁਸਤਾਨ ਵੰਡਿਆ ਗਿਆ ਉਦੋਂ 13 ਸਾਲ ਦੀ ਸੀ ਤੁਸੀਂ 13 ਸਾਲ ਮਾਸ਼ਾਅੱਲਾ ਜੀ ਬੜੀ ਗੱਲ ਆ ਫਿਰ ਇਹਦਾ ਮਤਲਬ ਹੈ ਤੁਸੀਂ ਫਿਰ ਆਪਣੇ ਤੁਹਾਨੂੰ ਹੋਸ਼ ਹੋਏਗੀ ਮੈਂ ਖਰਾ ਪਠੋਰਾ ਸੀ ਅੱਛਾ ਬਜ਼ੁਰਗੋ ਇਹ ਜਦੋਂ ਪਾਕਿਸਤਾਨ ਅਤੇ ਇੰਡੀਆ ਲਹਿਦਾ ਆਇਆ ਤੁਸੀਂ ਦੱਸਿਆ ਕਿ 13 ਸਾਲ ਦੇ ਸੀ ਤੁਸੀਂ ਕਿ ਆਪਣੇ ਫਤੂਈ ਚੱਕ 'ਚ ਤੁਸੀਂ ਬਛਿੰਦੇ ਹੋ ਇੱਧਰ ਰਹਿੰਦੇ ਸੀ ਫਤੂਈ ਚੱਕ 'ਚ ਜਾਂ ਇੰਡੀਆ 'ਚੋਂ ਆਏ ਦੇ ਅਸੀਂ ਇੰਡੀਆ 'ਚੋਂ ਆਏ ਸਾਡਾ ਸੀ ਜ਼ਿਲ੍ਹਾ ਕਾਂਗੜਾ ਜੀ ਜੀ ਗੁਰਦਾਸਪੁਰ ਅਸੀਂ ਪਠਾਨਕੋਟ ਜਿਹੜੇ ਸਾਡੀ ਤਹਿਸੀਲ ਹੈ ਪਠਾਨਕੋਟ ਜੀ ਜੀ ਸਾਡੀ ਤਹਿਸੀਲ ਹੈ ਨੂਰਪੁਰ ਕਾਂਗੜੇ ਦੀ ਅਤੇ ਗੁਰਦਾਸਪੁਰ ਦੀ ਤਹਿਸੀਲ ਹੈ ਪਠਾਨਕੋਟ ਗੁਰਦਾਸਪੁਰ ਦੀ ਤਹਿਸੀਲ ਹੈ ਪਠਾਨਕੋਟ ਠੀਕ ਹੈ ਅਸੀਂ ਤੇ ਦਰਮਿਆਨ ਵਿੱਚ 8 ਮੀਲ ਸਾਥੋਂ ਗੁਰਦਾਸਪੁਰ ਇਹ ਪਠਾਨਕੋਟ ਜੀ ਅੱਛਾ ਜੀ 6 ਮੀਲ ਨੂਰਪੁਰ ਜੀ ਅੱਛਾ ਬਜ਼ੁਰਗੋ ਅਤੇ ਤੁਸੀਂ ਉੱਧਰ ਰਹਿੰਦੇ ਹੋ ਅਤੇ ਤੁਹਾਡੇ ਕੀ ਪਿੰਡ ਦਾ ਨਾਂ ਕੀ ਸੀ ਉਹਦਾ ਨਾਮ ਹੀ ਖੰਨੀ ਅਤੇ ਬਦੂਈ ਖੰਨੀ ਬਦੂਈ ਹਾਂ ਅੱਛਾ ਬਜ਼ੁਰਗਾਂ ਦਾ ਪਿੰਡ ਸੀ ਇੰਡੀਆ 'ਚ ਖੰਨੀ ਬਦੂਈ ਅੱਛਾ ਤੁਹਾਡੇ ਉਸ ਪਿੰਡ 'ਚ ਮੁਸਲਮਾਨ ਰਹਿੰਦੇ ਸੀ ਜਾਂ ਹਿੰਦੂ ਜਾਂ ਸਿੱਖ ਵੀ ਨਾਲ ਰਹਿੰਦੇ ਰਹੇ ਨੇ ਨਾ ਸਿੱਖ ਹੀ ਸੀ ਨਾ ਹਿੰਦੂ ਵੀ ਕੋਈ ਘਰ ਨਹੀਂ ਅੱਛਾ ਮੁਸਲਮਾਨਾਂ ਦਾ ਪਿੰਡ ਸੀ ਉਹ ਦੋ ਬਰਾਦਰੀਆਂ ਗੁੱਜਰ ਤੇ ਅੰਸਾਰੀ ਅੱਛਾ ਗੁੱਜਰ ਤੇ ਅੰਸਾਰੀ ਬਰਾਦਰੀ ਸੀ ਮੁਸਲਮਾਨ ਸੀ ਨਾ ਮੁਸਲਮਾਨ ਉੱਧਰ ਜਿਹੜੇ ਮਸਾਲਾ ਰਹਿੰਦੇ ਰਹੇ ਨੇ ਉਸ ਵਕਤ ਦੇ ਵਿੱਚ ਜਿੱਥੇ ਦੁਨੀਆ ਰਹਿਣੀ ਉੱਥੇ ਗਾਈ ਨਹੀਂ ਕਰਨੇ ਦੇ ਅਤੇ ਸਾਡੇ ਪਿੰਡ ਦਿਨੇ ਗਾਈਆਂ ਕਰਕੇ ਖਾ ਰਹੇ ਅੱਛਾ ਤੁਹਾਡੇ ਪਿੰਡ ਇੰਡੀਆ 'ਚ ਹੀ ਪੂਰਾ ਪਿੰਡ ਮੁਸਲਮਾਨਾਂ ਦਾ ਹੀ ਜ਼ਾਹਰ ਹੈ ਤੇ ਫਿਰ ਤੁਸੀਂ ਗਾਈ ਹਲਾਲ ਕਰ ਸਕਦੇ ਜ਼ਿਬਾ ਕਰ ਸਕਦੇ ਵੈਸੇ ਤੇ ਉਹਨਾਂ ਦੇ ਮਜ਼ਹਬ 'ਚ ਨਹੀਂ ਨਾ ਉਹ ਨਹੀਂ ਕਰਨ ਦਿੰਦੇ ਆਹੋ ਜਿੱਥੇ ਰਹਿਣੀਆਂ ਉੱਥੇ ਨਹੀਂ ਕਰਨੇ ਦੇ ਸਹੀ ਹੈ ਉਹ ਮੁਸਲਮਾਨ ਉਦੋਂ ਵੀ ਮਜਬੂਰ ਸੀ ਮਜਬੂਰ ਸੀ ਲੇਕਿਨ ਇਹ ਕਿ ਤੁਹਾਡਾ ਰਹਿਣ ਸਹਿਣ ਕੈਸਾ ਸੀ ਉਹਨਾਂ ਨਾਲ ਹਿੰਦੂਆਂ ਨਾਲ ਸਿੱਖਾਂ ਨਾਲ ਮੇਲ ਜੋਲ ਜੇ ਤੁਹਾਨੂੰ ਨਹੀਂ ਪਤਾ ਤੇ ਤੁਹਾਡੇ ਬਜ਼ੁਰਗਾਂ ਨੇ ਕੋਈ ਗੱਲਬਾਤ ਤੁਹਾਡੇ ਨਾਲ ਕੀਤੀ ਸਾਨੂੰ ਵੀ ਪਤਾ ਹੈ ਜੀ ਜੀ ਰਹਿਣ ਸਹਿਣ ਸਾਡਾ ਉਹਨਾਂ ਨਾਲ ਵਰਤਾਰਾ ਕੋਈ ਨਹੀਂ ਹੈ ਅੱਛਾ ਵਰਤਾਰਾ ਕੋਈ ਨਹੀਂ ਸੀ ਉਹ ਸਾਥੋਂ ਕੋਈ ਮੀਲ ਮੀਲ ਦੂਰ ਅੱਛਾ ਮੀਲ ਮੀਲ ਦੂਰ ਸੀ ਇੱਕ ਇੱਕ ਮੀਲ ਕੋਈ ਦੁੱਖ ਪਿੰਡ 2 ਮੀਲ ਦੂਰ ਹੈ ਕੋਈ 1 ਮੀਲ ਦੂਰ ਹੈ ਜੀ ਜੀ ਬਹਰਹਾਲ ਸਾਡੇ ਲਾਗੇ ਕੋਈ ਨਹੀਂ ਜੀ ਤੁਹਾਡੇ ਲਾਗੇ ਲਾਗੇ ਕੋਈ ਹਿੰਦੂਆਂ ਸਿੱਖਾਂ ਦਾ ਪਿੰਡ ਨਹੀਂ ਸੀ ਨਹੀਂ ਸੀ ਇੱਕ ਘਰ ਇੰਨਾ ਦਾ ਸੀ ਉਹ ਵੀ ਸਾਡੇ ਘਰ ਪਿੰਡ ਤੋਂ ਬਾਹਰ ਬਾਹਰ ਸੀ ਅੱਛਾ ਅੱਛਾ ਬਾਹਰ ਬਾਹਰ ਸੀ ਉਹਨਾਂ ਦਾ ਵਰਤਾਰਾ ਵੀ ਮੁਸਲਮਾਨ ਨਾਲ ਹੈ ਅੱਛਾ ਉਹਨਾਂ ਦਾ ਵਰਤਾਰਾ ਮੁਸਲਮਾਨਾਂ ਨਾਲ ਹੈ ਸੀ ਆਹ ਬਹੁਤ ਅੱਛੀ ਗੱਲ ਅੱਛਾ ਬਜ਼ੁਰਗੋ ਕੋਈ ਹਿੰਦੂ ਜਾਂ ਸਿੱਖ 'ਚੋਂ ਤੁਹਾਡਾ ਕੋਈ ਯਾਰ ਕੋਈ ਜਿਹਦੇ ਨਾਲ ਕੋਈ 13 ਸਾਲਾਂ 'ਚ ਤੁਹਾਨੂੰ ਯਾਦ ਹੋਏ ਕਿਸੇ ਦਾ ਨਾਂ ਜਾਂ ਉਹਦੀਆਂ ਨਾਂ ਨਹੀਂ ਤਾਂ ਵੈਸੇ ਹੀ ਤੁਹਾਨੂੰ ਯਾਦ ਹੋਏ ਕਿ ਫਲਾਣਾ ਬੰਦਾ ਹੁੰਦਾ ਸੀ ਤਾਂ ਉਹਦੇ ਨਾਲ ਮੇਰਾ ਬੈਣ ਖਲੋਣ ਸੀ ਜਾਂ ਮੇਰੇ ਵਾਲਦ ਸਾਹਿਬ ਦਾ ਬੈਣ ਖਲੋਣ ਸੀ ਮੇਰੇ ਵਾਲਦ ਸਾਹਿਬ ਉਹ ਹੈ ਲੰਬਰਦਾਰ ਹਿੰਦੂ ਅੱਛਾ ਜੀ ਰਕਬਾ ਸਾਡਾ ਇੱਕ ਹੀ ਜਿਸ ਤਰ੍ਹਾਂ ਫਤੂਈ ਚੱਕ ਤਾਂ ਚੱਲ ਗਿਆ ਜਰਮਨੀ ਜਰਮਨੀ ਜਰਮਨੀ
ਉਥੋਂ ਦੇ ਉਹ ਹਿੰਦੂਆਂ ਦਾ ਪਿੰਡ ਨਰਬੈਲ ਸੀ। ਅੱਛਾ ਜੀ, ਹਿੰਦੂ ਰਾਜਪੂਤ ਸੀ ਉਹ। ਅੱਛਾ, ਉਹ ਹਿੰਦੂ ਰਾਜਪੂਤ ਸੀ। ਹਾਂ, ਤੇ ਲੰਬੜਦਾਰ ਸੀ। ਲੰਬੜਦਾਰ, ਉਹਨਾਂ ਦਾ ਰਕਬਾ ਸੀ ਸਾਡੇ ਪਿੰਡ ਦੇ ਨਜ਼ਦੀਕ। ਜੀ ਜੀ, ਪਿੰਡ ਦੇ ਥੱਲੇ। ਅੱਛਾ, ਤੇ ਸਾਡਾ ਰਕਬਾ ਜਾਂਦਾ ਉਹਨਾਂ ਦੇ ਪਿੰਡ ਦੇ ਥੱਲੇ। ਅੱਛਾ ਜੀ, ਤੇ ਉਹਨਾਂ ਨੇ ਬਾਕਿਆ ਹੀ ਵੇਖਿਆ ਵੀ ਉਹ ਅੱਜ ਮੁਸਲਮਾਨ ਅਸੀਂ ਪਰਵਾਹ ਨਹੀਂ ਕਰਦੇ। ਉਸ ਵਕਤ ਮੇਰੀ ਉਸ 'ਚ ਸਾਡਾ ਬੇੜਾ ਬੜਾ ਮੁਗਲ ਅੰਬ ਦਾ ਬੂਟਾ ਸੀ। ਜੀ ਜੀ, ਉਹ ਹਿੰਦੂ ਝਾੜੀ ਬੜੇ ਪੀਂਦੇ ਸੀ। ਅੱਛਾ ਜੀ, ਅਤੇ ਸਾਡੇ ਪਿਓ ਨੇ ਆਖਿਆ ਵੀ ਲੰਬੜਾ ਤੇ ਤੂੰ ਝਾੜੀ ਲੈਂਦੀ। ਉਹਨੇ ਆਖਿਆ ਵੀ ਤੁਹਾਡੇ ਰੋਜ਼ੇ ਆਏ ਨਹੀਂ, ਰੋਜ਼ੇ ਰਾਤ ਆਰਾਮ ਕਰਨੇ। ਬੜੀ ਗੱਲ ਹੈ ਜੀ, ਬੜੀ ਗੱਲ ਹੈ, ਬੜੀ ਗੱਲ ਹੈ। ਉਹਨੇ ਆਖਿਆ ਮੁਸਲਮਾਨ ਨਹੀਂ ਕਰਦੇ। ਜੀ ਜੀ, ਹਾਂਜੀ, ਉਹਨਾਂ ਉਹ ਹਿੰਦੂ ਇਹਤਰਾਮ ਕਰਦੇ ਸੀ। ਆਹੋ, ਲੰਬੜਦਾਰ ਵੀ ਹੋਏ। ਉਹਨੇ ਆਖਿਆ ਵੀ ਲੰਬੜਾ ਦਾ ਜੋ ਝਾੜੀ ਨਹੀਂ ਲੈਂਦੀ, ਉਹ ਆਖਿਆ ਤੁਹਾਡਾ ਮਾਂ ਰਮਜ਼ਾਨ ਹੀ ਰੱਖਦੇ ਪਰ ਨਹੀਂ ਤਾਂ ਉਹਦਾ ਇਹਤਰਾਮ ਕਰਦੇ ਮਾਂ ਰਮਜ਼ਾਨ। ਸਹੀ ਹੈ, ਸਹੀ। ਹਾਂਜੀ, ਜ਼ਾਹਰ ਉਹਨਾਂ ਦੇ ਮਜ਼ਹਬ 'ਚ ਤਾਂ ਨਹੀਂ ਰੋਜ਼ੇ ਰੱਖਣਾ, ਲੇਕਿਨ ਉਹ ਤੁਹਾਡੇ ਰੋਜ਼ਿਆਂ ਦਾ ਇਹਤਰਾਮ ਕਰਦੇ ਸੀ ਅਤੇ ਆਪਣੇ ਉਹ ਝਾੜੀ ਜਿਹੜੀ ਹੈ ਨਾ ਨਹੀਂ ਸੀ ਲੈ ਕੇ ਆਉਂਦੇ ਮਹਿਫਲ 'ਚ। ਬੜੀ ਗੱਲ ਆ ਜੀ, ਬੜੀ ਅੱਛੀ ਗੱਲ ਆ। ਕੋਈ ਤੁਹਾਡੇ ਜਿਹੜੇ ਜਿਹਨਾਂ ਨਾਲ ਤੁਹਾਡਾ ਮੇਲ ਜੋਲ ਸੀ, ਝਗੜਾ ਜਾਂ ਕੋਈ ਕਿਸੇ ਕਿਸਮ ਦਾ? ਸਾਡੇ ਪਿੰਡ ਝਗੜਾ, ਲੋਕ ਬੜੇ ਭਲੇ ਮਾਣ ਸੀ, ਨੇਕ ਲੋਕ ਹੀ। ਕੋਈ ਝਗੜਾ ਜਿਹੜਾ ਜੋ ਕੋਈ ਮਾਸਾ ਹੋ ਜੇ ਕਿਸੇ ਬਣਾ ਤੋਂ ਬਹਿ ਕੇ ਸਿਆਣੇ ਲੋਕ ਤਸਦੀਆਂ ਕਰ ਲੈਂਦੇ। ਸਹੀ ਹੈ, ਬਹਿ ਕੇ ਪੰਚਾਇਤ ਤਰ੍ਹਾਂ ਕਰ ਲੈਂਦੇ, ਪਿੰਡ 'ਚ ਨਿਬੇੜ ਲੈਂਦੇ, ਪਿੰਡ 'ਚ ਨਿਬੇੜ ਲੈਂਦੇ ਸੀ। ਨਾਮ ਨਹੀਂ ਤੁਹਾਨੂੰ ਯਾਦ ਕਿਸੇ ਹਿੰਦੂ ਦਾ ਜਾਂ ਕਿਸੇ ਸਿੱਖ ਦਾ? ਨਹੀਂ, ਨਾਂ ਤੇ ਸਿੱਖ ਦਾ, ਸਿੱਖ ਹੈ ਨਹੀਂ ਸਾਡੇ। ਅੱਛਾ, ਹਿੰਦੂ ਸੀ? ਹਿੰਦੂ ਵੀ ਨਹੀਂ, ਉਹ ਜੇ ਜਿਸ ਤਰ੍ਹਾਂ ਅਸੀਂ ਗੁੱਜਰ ਦੇ ਜੱਟ ਹੁੰਦੇ ਨਾ। ਜੀ ਜੀ, ਇਸ ਤਰ੍ਹਾਂ ਇੱਕ ਕੌਮ ਹੀ ਮੋਨੇ ਜੱਟ ਆਖਦੇ। ਮੋਨੇ ਜੱਟ, ਮੋਨੇ ਮੋਨੇ ਜੱਟ, ਮੋਨੇ ਜੱਟ ਸਾਡੇ ਖਜਾਮਦ ਕਰਾਉਣੀ। ਅੱਛਾ ਅੱਛਾ, ਉਹ ਨਿਸ਼ਾਨੀ ਇੱਕ ਬੋਝੀ ਰੱਖਦੇ। ਅੱਛਾ ਜੀ, ਜਿਸ ਤਰ੍ਹਾਂ ਕਿ ਸਾਡੀਆਂ ਬੱਚੀਆਂ ਹੁਣ ਨਵਾਂ ਧੀਆਂ ਬੱਚਾ ਜੰਮਦੇ ਤਾਂ ਬੱਚਾ ਪੰਜਾਂ ਸੋਲ੍ਹਾਂ ਉਹਦੇ ਸਿਰ ਦੇ ਵਾਲ ਖੜੇ ਕਰਕੇ ਬੋਝੀ ਬਣਨੇ, ਇਹ ਹਿੰਦੂਆਂ ਦਾ ਰਿਵਾਜ਼ ਹੈ। ਅੱਛਾ ਅੱਛਾ ਅੱਛਾ, ਇਹ ਰਿਵਾਜ਼ ਹਿੰਦੂਆਂ ਮੁਸਲਮਾਨਾਂ ਦੇ। ਸਹੀ, ਫਿਰ ਮੁਸਲਮਾਨ ਹਿੰਦੂ ਦੂਰ ਦੂਰ ਹਿੰਦੂਆਂ ਦੀ ਇੱਕ ਚੀਜ਼ ਹੋਰ ਵੇਖੀ ਆਈ, ਉਹਨਾਂ ਦੀ ਨੌਂ ਧੀ ਨੂੰ ਬੱਚਾ ਹੁੰਦਾ ਸੀ ਨਾ, ਤੇ ਸਵਾ ਮਹੀਨੇ ਬਾਅਦ ਗਾਈਂ ਦਾ ਪਿਸ਼ਾਬ ਪਿਆਲਦੇ। ਮਤਲਬ ਕਿ ਉਹਨਾਂ ਦਾ ਰਹਿਣ ਸਹਿਣ ਦਾ ਉਹਨਾਂ ਦਾ ਰਿਵਾਜ਼, ਉਹਨਾਂ ਦੇ ਮਜ਼ਹਬ ਵਿੱਚ ਗਾਈ ਨੂੰ ਗਾਈ ਗਾਂ ਗਊ ਮਾਤਾ ਮੰਨਦੇ। ਜੀ ਜੀ, ਹਾਂ ਜੀ ਜੀ, ਹੈ ਜੀ ਜੀ, ਗਾਂ ਨੂੰ ਉਹ ਮਨਸ ਦੇ ਜਿਸ ਤਰ੍ਹਾਂ ਕਿ ਖਾਨਗੜ ਮੰਨਣੇ। ਜੀ ਜੀ ਜੀ, ਅਤੇ ਉਹ ਗਾਈ ਦਾ ਮੇਰਾ ਮਤਲਬ ਪਿਸ਼ਾਬ ਪਿਆਲਦੇ ਉਸ ਜਦੋਂ ਸਵਾ ਮਹੀਨਾ ਦਾ ਬੱਚਾ ਹੋ ਜਾਂਦਾ ਸੀ। ਹਾਂ ਜੀ, ਸਾਡੇ ਤੋਂ ਖਾਣਾ ਪਕਾਉਣਾ ਬਣਦੀਆਂ ਤਿੰਨਾਂ। ਜੀ 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 ਜੀ, ਉਹਨਾਂ ਦੇ ਪਿਸ਼ਾਬ ਪਿਆਲਦੇ। ਸਹੀ ਹੈ, ਸਹੀ, ਉਹ ਅੰਦਰ ਪਾਕ ਹੋਈ ਗਈ ਹੈ। ਜੀ ਜੀ ਜੀ, ਸਹੀ ਹੈ। ਅਸੀਂ ਦੱਸਦੇ ਵੀ ਚਲੋ ਡਾਕਟਰ ਬੱਚੀ ਬੱਚਾ ਉਹਨੂੰ ਹੀ ਪਾਕ ਹੋਈ ਗਈ ਸਾਡੀ। ਜੀ ਜੀ ਜੀ, ਜ਼ਾਹਰ ਉਹਨਾਂ ਦਾ ਮਜ਼ਹਬ ਹੈ ਜੀ, ਆਪਣੇ ਮਜ਼ਹਬ ਦੇ ਮੁਤਾਬਕ ਕੰਮ ਕਰਦੇ ਨੇ। ਅਤੇ ਬਾਕੀ ਸਾਡੇ ਨਾਲ ਉਹਨਾਂ ਦਾ ਕੋਈ ਐਡਾ ਵਿਆਹ ਸ਼ਾਦੀਆਂ 'ਚ ਕੋਈ ਰਾਬਤਾ ਨਹੀਂ, ਦੂਰ ਦੂਰ। ਅੱਛਾ ਜੀ, ਉਸ ਦੂਰ ਦੂਰ ਸੀ ਤੁਹਾਡੇ ਪਿੰਡ ਤੁਹਾਡੇ ਨਾਲ। ਅੱਛਾ ਬਜ਼ੁਰਗੋ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਆਪਣੇ ਮੈਨੂੰ ਇਹ ਯਾਦ ਆਇਆ, ਦੇਖਿਆ ਤੁਹਾਡਾ ਇੱਕ ਬਾਜ਼ੂ ਤੁਹਾਡਾ ਹੱਥ ਕਟੋਇਆ ਹੋਇਆ, ਖੱਬਾ ਹੱਥ ਆ ਤੁਹਾਡਾ, ਔਰ ਸੱਜੇ ਹੀ ਤੁਹਾਡੀ ਲੱਤ ਦਾ ਜਿਹੜਾ ਨਾ ਆਪਣੇ ਉਹ ਵੀ ਤੁਹਾਡੀ ਕਟੋਈ ਹੋਈ ਆ। ਇਹ ਸਾਡੇ ਨਾਜ਼ਰੀਨ ਦੱਸੋ ਕਿ ਤੁਹਾਡੇ ਨਾਲ ਇਹ ਕੀ ਮਸਲਾ ਹੋਇਆ? ਇਹ ਮਸਲਾ ਇਹ ਹੋਇਆ ਵੀ ਇਹ ਇਲਾਕਾ ਜਿਹੜਾ, ਜੀ ਜੀ, ਇਹ ਆ ਗਿਆ ਇੰਡੀਆ ਦੇ ਕਬਜ਼ੇ। ਇਹ ਤੁਸੀਂ ਚੱਕਦਾ ਇਲਾਕਾ ਕਿਹੜੀ ਕਿਹੜੀ ਸਨ 'ਚ? ਸਨ 71 ਦੀ ਜੰਗ 'ਚ। ਸਨ 71 ਪਹਿਲਾ ਮਹੀਨਾ ਤੇ 18 ਤਰੀਕ, ਪਹਿਲਾ ਮਹੀਨਾ 18 ਤਰੀਕ ਸਨ 71 'ਚ ਜਦੋਂ ਜੰਗ ਲੱਗੀ ਆ, ਉਦੋਂ ਇਹ ਇਲਾਕਾ ਆ ਗਿਆ ਸੀ ਇੰਡੀਆ 'ਚ। ਇੰਡੀਆ ਵਿੱਚ ਕਬਰ ਕਰ ਲਿਆ। ਜੀ ਜੀ, ਅਸੀਂ ਰਾਤ ਨੂੰ ਮੈਂ ਅਤੇ ਇੱਕ ਮੁੰਡਾ ਸਾਡਾ ਚੌਧਰੀਆਂ ਦਾ ਮੁੰਡਾ ਉਹ ਵੀ, ਜੀ ਜੀ, ਗੁਜਰੀ ਉਹ ਤੋਂ ਜਿਸ ਤਰ੍ਹਾਂ ਕਿਸੇ ਨੂੰ 85 ਬੰਦਾ ਮਾਰਦੇ। ਜੀ ਜੀ, ਉਹਦਾ ਪਿਓ ਮੇਰਾ ਆ ਗਿਆ ਰਾਤ, ਅਸੀਂ ਰਹੇ, ਰੋਟੀ ਪਕਾਈ, ਖਾਧੀ ਪੀਤੀ, ਸਵੇਰੇ ਇੱਥੇ ਸਾਨੂੰ ਕੋਈ ਸ਼ਰ ਨਾ ਲੱਭੀ। ਅੱਛਾ ਜੀ, ਚੁੱਪ ਚਾਪ, ਇੱਕ ਸਾਡਾ ਫੁੱਫੀ ਦਾ ਪੁੱਤਰ ਅਤੇ ਇੱਕ ਮਹਿਲ ਸੀ ਇੱਥੇ। ਅੱਛਾ, ਇਹਨਾਂ ਦੇ ਮਹੱਲੇ ਇੱਥੇ। ਅੱਛਾ ਜੀ, ਉਹ ਇੱਥੇ ਰਹੇ ਰਾਤ। ਜੀ, ਸਵੇਰੇ ਜਿਹੜਾ ਅਸੀਂ ਆਖਿਆ ਵੀ ਅਸੀਂ ਖਾਣਾ ਪਕਾਉਣਾ ਪਕਾ ਕੇ ਪਹਿਲਾਂ ਮੈਂ ਆਖਿਆ ਲੈ ਚੱਲੀਏ ਉੱਧਰ ਨੂੰ, ਜੀ, ਡੰਗਰ ਬੱਚਾ ਅਸੀਂ ਬਾਹਰ ਕੱਢ ਲਿਆ ਸੀ। ਸਹੀ, ਮੈਂ ਆਖਿਆ ਡੰਗਰ ਲਾਈਏ, ਇੱਥੇ ਕੋਈ ਸ਼ਾਇਦ ਨਹੀਂ ਸਿਖਾਇਆ ਸਾਡਾ। ਜੀ ਜੀ, ਜਿਹੜੇ ਇੱਥੇ ਦੇਖਿਆ ਤਾਂ ਬੰਦ ਗੱਡੀਆਂ ਇੰਡੀਆ 'ਚ ਜਾਣ ਦੀਆਂ, ਇਹ ਬੰਦ ਇਹੜਾ ਬੰਦ ਆ ਸਾਡੇ ਸਾਹਮਣੇ, ਹਾਂ, ਇਸ ਬੰਦ ਤੇ ਇੰਡੀਆ ਦੀਆਂ ਗੱਡੀਆਂ ਜਾਣੀਆਂ, ਇੰਡੀਆ ਦੀਆਂ ਗੱਡੀਆਂ ਚੱਲਣੀਆਂ ਸੀ, ਚੱਲਣ ਲਈ। ਉਹ ਅਸੀਂ ਦੇਖਿਆ ਤਾਂ ਰੌਲਾ ਪੈ ਗਿਆ। ਜੀ ਜੀ, ਉਹਨੇ ਤੈਨੂੰ ਸਾਡੇ ਵੇਖਦਾ ਇੱਕ ਇੰਡੀਆ ਦੇ ਜਹਾਜ਼ ਚੜ੍ਹੇ ਨਾ, ਇਹ ਬੈਂ ਦੇ ਬੈਂ ਤੇ ਆ ਗਏ, ਬੈਂ ਤੇ ਇੱਥੋਂ ਮਾਰਿਆ ਮਿਜ਼ਾਇਲ ਕਿਸੇ ਫੌਜੀ ਨੇ। ਅੱਛਾ ਜੀ,
ਉਹ ਸਾਡੇ ਵੀ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਕਿਸੇ ਦੀ ਚੀਜ਼ਾਂ ਬੰਬ ਵੱਜਦਾ ਬੰਦਾ ਬੈਂਕ ਫੈਲ ਲੱਗਾ ਉਹ ਡਿੱਗਦਾ ਡਿੱਗਦਾ ਉਹ ਸੜਕ ਜਾਂਦੀ ਹੈ ਇੱਧਰ ਨੂੰ ਖੋਸਿਆਂ ਨੂੰ ਮੰਡੀ ਆ ਜਾਂਦੀ ਜੀ ਜੀ ਉਹ ਸੜਕ ਦੇ ਵਿੱਚ ਡਿੱਗਾ ਉਹ ਪਾ ਲੈਂਦਾ ਠੀਕ ਹੈ ਜਹਾਜ਼ ਡਿੱਗ ਗਿਆ ਜਹਾਜ਼ ਡਿੱਗਾ ਜਾ ਕੇ ਸਾਡੀ ਚੌਂਕੀ ਹੈ ਇੱਥੇ ਗਰਮੀ ਅੱਛਾ ਜੀ ਉੱਥੇ ਅੱਛਾ ਉੱਥੇ ਡਿੱਗਿਆ ਅਤੇ ਪਾਇਲਟ ਤੇ ਇੱਥੇ ਉਤਰ ਗਿਆ ਅੱਛਾ ਜੀ ਅਸੀਂ ਨਸੇ ਭੱਜਿਆ ਜੀ ਜੀ ਤਗੜੇ ਹੋ ਜ਼ੋਰ ਬੰਦੇ ਤਿੰਨ ਤਿੰਨ ਨਸੇ ਭੱਜੇ ਫੜੀਏ ਉਹ ਕਮਾਲ ਚਲੋ ਕਮਾਲ ਬੜੇ ਜੀ ਜੀ ਕਮਾਲ ਚਲੋ ਗਿਆ ਜੀ ਅਸੀਂ ਉਹਦੀ ਵਿੱਚ ਛਤਰੀ ਖਿੱਚ ਕੇ ਅਤੇ ਪਿੰਡ ਲਿਆਂਦੀ ਅੱਛਾ ਪਿੰਡ ਲਿਆਂਦੀ ਛਤਰੀ ਖਿੱਚ ਕੇ ਜੋ ਲੋਕਾਂ ਨੂੰ ਦੱਸਿਆ ਵੀ ਇਹ ਛਤਰੀ ਹੈ ਪੈਰਾਸ਼ੂਟ ਦੀ ਨੂੰ ਉਹ ਨਹੀਂ ਲੱਭਾ ਪਾਇਲਟ ਨਾ ਉਹ ਨਹੀਂ ਲੱਭਾ ਅੱਛਾ ਉਹ ਨਿਕ ਫਸਲ ਬੜੀ ਫਸਲ ਪੈ ਗਈ ਨਿਕਲ ਗਿਆ ਪਾਰ ਪਾਰ ਨਿਕਲ ਗਿਆ ਹਾਂ ਜਿਸ ਤਰ੍ਹਾਂ ਕਿ ਉਸ ਜ਼ਮਾਨੇ ਵਿੱਚ ਸਾਡਾ ਇੱਕ ਪਾਇਲਟ ਗੁਰਦਾਸਪੁਰ ਨੂੰ ਕਿਤੇ ਫਾਇਰ ਕੀਤਾ ਅਸਲ ਦੀ ਗੱਡੀ ਕਿਤੇ ਜਾ ਰਹੀ ਸੀ ਬਾਰਡਰ 'ਤੇ ਜੀ ਜੀ ਕਿਤੇ ਸੂਝ ਵਿੱਚ ਉਸਦੇ ਅੰਦਰ ਫਾਇਰ ਕੀਤਾ ਉਹਨੇ ਫਾਇਰ ਮਾਰਿਆ ਉਹਨੂੰ ਫਾਇਰ ਲੱਗ ਗਿਆ ਬਾਈ ਸਾਹਿਬ ਛੱਡ ਕੇ ਅਤੇ ਇਹ ਵੇਲੇ ਵਿੱਚ ਉਤਰਿਆ ਸਾਡਾ ਬੰਦਾ ਪਿੰਡਾਂ ਦੇ ਪਿੰਡ ਚਲੋ ਤਲਾਸ਼ ਕਰੋ ਕਿੱਥੇ ਹੈ ਉਹ ਬੰਦਾ ਕੁਦਰਤੀ ਗੱਲ ਹੈ ਜਦੋਂ ਚੱਲੇ ਬਚ ਉਹਨਾਂ ਕੋਲ ਬਚ ਗਿਆ ਇੱਥੇ ਇੱਥੇ ਮਿਲਦੇ ਕੰਮ ਨਿਕਲ ਗਿਆ ਆਪਣੇ ਜੋੜ ਨਿਕਲ ਜੀ ਜੀ ਦੱਸ ਦਿਓ ਨਾਮ ਕਨਾਮ ਕਾਫੀ ਨਿਕਲਿਆ ਅਤੇ ਅਸੀਂ ਸੰਤਾਲੀ ਜਿਹੜੇ ਚੱਲੇ ਹਾਂ ਇੱਕ ਮਹੀਨਾ ਅਸੀਂ ਪੈਦਲ ਆਏ ਇੱਕ ਮਹੀਨਾ ਇਹ ਤੁਹਾਡਾ ਬਾਜ਼ੂ ਜਾਂ ਲੱਤ ਜਿਹੜੀ ਸੀ ਇਹ ਕਿਸ ਤਰ੍ਹਾਂ ਫੈਕਚਰ ਹੋਈ ਇਹ ਫੈਕਚਰ ਹੋਈ ਹੈ ਅਸੀਂ ਚੱਲ ਗਏ ਇੱਧਰ ਨਾਰੋਵਾਲ 'ਚ ਮਾਲ ਲੈ ਕੇ ਡੰਗਰ ਅੱਛਾ ਜੀ ਅਤੇ ਡੰਗਰ ਸਗਰ ਤਰਫ ਮੁੜ ਕੇ ਅਸੀਂ ਪਰ ਇੱਕ ਮਾੜਾ ਪਿੰਡ ਉੱਥੇ ਭੇਜਦੇ ਰਹੇ ਹਾਂ ਜੀ ਜੀ ਦਮਾਲਾ ਪੂਰਾ ਪਰ ਉਹਨੇ ਬੀਜ ਚਾ ਕੋਈ ਬਕਰ ਗੁਜ਼ਾਰਿਆ ਜੀ ਜੀ ਉੱਥੋਂ ਨਿਕਲੇ ਅਤੇ ਅਸੀਂ ਕਿਸੇ ਦੇ ਡੰਗਰ ਵੀ ਅਸੀਂ ਨਾਲ ਗਏ ਇਹ ਕਲੇ ਇੱਥੋਂ ਅੱਛਾ ਜੀ ਉਹ ਬੰਦੇ ਛੱਡ ਕੇ ਨੱਸ ਗਏ ਅੱਛਾ ਬੰਦੇ ਛੱਡ ਕੇ ਨੱਸ ਗਏ ਸੀ 71 ਦੀ ਜੰਗ 'ਚ ਅਤੇ ਤੁਸੀਂ ਉਹ ਵੀ ਡੰਗਰ ਨਾਲ ਇਹ ਕਲੇ ਲੈ ਗਏ ਅੱਛਾ ਜੀ ਉਹਨਾਂ ਸਾਨੂੰ ਪਤਾ ਲੱਗਾ ਵੀ ਉਹ ਬੰਦੇ ਮਾੜੀ ਨੇ ਮਾੜੀ ਨੇ ਅੱਛਾ ਜੀ ਅਸੀਂ ਵੀ ਉਹਨਾਂ ਦੇ ਕੋਲ ਗਏ ਉਹਨਾਂ ਆਖਿਆ ਆਪਣੇ ਡੰਗਰ ਲੈ ਲਓ ਆਪਣੇ ਡੰਗਰ ਲੈ ਲਓ ਚਲੋ ਉਹ ਸਾਡੇ ਨਾਲ ਗਏ ਉਹਨਾਂ ਆਖਣਗੇ ਯਾਰ ਸਾਡੇ ਪੱਠੇ ਬੜੇ ਅਤੇ ਡੰਗਰ ਇੱਥੇ ਲੈ ਆਵੋ ਉਹ ਦੱਸ ਦਿਨ ਅਸੀਂ ਮਾੜੀ ਕਰਾ ਦੇ ਜੀ ਜੀ ਫਿਰ ਅਸੀਂ ਆ ਗਏ ਇੱਕ ਪਿੰਡ ਹੈ ਕੱਕੇ ਗਿਆ ਸੜਕੋਂ ਪਰਲੇ ਪਾਸੇ ਅੱਛਾ ਜੀ ਉੱਥੇ ਉਹ ਲੋਕ ਗੁਜਰਾਤ ਚਲੇ ਗਏ ਸੀ ਅੱਛਾ ਉਹ ਗੁਜਰਾਤ ਚਲੇ ਗਏ ਹਾਂ ਅਤੇ ਪੱਠਾ ਬੜਾ ਪੱਠਾ ਬੜਾ ਸੀ ਪੱਠਾ ਹੋਇਆ ਅਸੀਂ ਡੰਗਰ ਛੱਡ ਛੱਡਨੇ ਪੱਠੇ ਵੱਢ ਕੇ ਪਾਉਣੇ ਮੌਜਾ ਇੱਕ ਦਿਨ ਫਿਰ ਉਹ ਹੌਲੀ ਹੌਲੀ ਆ ਗਏ ਜਿਸ ਵੇਲੇ ਤਾਂ ਫਿਰ ਆਪੋ ਆਪਣੀਆਂ ਪੈਲੀਆਂ ਸਾਂਭ ਲਈਆਂ ਜੀ ਜੀ ਬਹਰਹਾਲ ਸਾਨੂੰ ਉਹਨਾਂ ਇਹ ਨਹੀਂ ਆਖਿਆ ਪੱਠੇ ਨਾ ਵੱਢਿਆ ਕਰੋ ਪੱਠੇ ਵੱਢ ਕੇ ਅਸੀਂ ਪਾਉਂਦੇ ਰਹੇ ਜੀ ਜੀ ਉਹ ਆਖ ਲਏ ਯਾਰ ਇੰਝ ਕੰਮ ਕਰੂਗੇ ਤੂੰ ਫਿਰ ਤਾਂ ਤੁਰਨ ਵਾਲਾ ਬੰਦਾ ਅਤੇ ਮੇਰੇ ਤੋਂ ਵੱਡਾ ਇੱਕ ਬੰਦਾ ਉਹ ਡੰਗ ਸਾਂਭਦੇ ਜੀ ਇਹਨੂੰ ਕਾਹੀ ਲਿਆ ਦੀਏ ਅਤੇ ਕੁਦਰ ਕੇ ਅਸੀਂ ਪਾਦਿਆਂ ਕਰਾਂਗੇ ਸਹੀ ਅਸੀਂ ਜਾਂਦੇ ਉੱਥੇ ਸਾਡਾ ਡੇਢ ਵਾਲਾ ਪੋਲਣ ਜਿਹੜਾ ਜੀ ਜੀ ਉਹਦੇ ਇਸ ਪਾਸੇ ਇੱਕ ਕੈਂਪ ਹੈ ਜਿਹਨੂੰ ਗਰੀਬ ਨਾਗਰ ਛੋਟੀ ਥੋੜ੍ਹੀ ਜੋੜ ਦਾ ਅੱਛਾ ਜੀ ਉਹਦੇ ਨਾਲ ਹੀ ਕੋਈ 2 ਕਿੱਲੇ 3 ਹਟਮੀ ਅੱਗੇ ਪੋਸਟ ਇੰਡੀਆ ਦੀ ਅੱਛਾ ਜੀ ਨੰਗਲੀ ਬੇਚਰਾਗ ਪੋਸਟ ਜੀ ਜੀ ਠੀਕ ਹੈ ਉਸ ਅਸੀਂ ਕਾਹੀ ਸ਼ਾਹੀ ਵੱਢੀ ਉਹ ਮਾਰ ਛੱਡੇ ਸਾਰੇ ਮਾਰ ਛੱਡੇ ਇਹਨਾਂ ਨੇ ਅੱਛਾ ਜੀ ਅੱਛਾ ਗੈ ਉਹ ਪੋਸਟ ਦੀ ਜਿਹੜੀ ਸੁੰਝੀ ਪਈ ਕੋਈ ਬੰਦਾ ਨਹੀਂ ਭਰਿੰਦਾ ਨਹੀਂ ਇਹਨਾਂ ਦੇ ਕਬਜ਼ੇ ਜੀ ਉਹ ਅਸੀਂ ਕਾਹੀ ਸ਼ਾਹੀ ਵੱਢੀ ਅਤੇ ਉਹਦੇ ਬੰਦੇ ਨਾ ਉਹ ਕੱਕੇ ਕੀ ਵਾਲੇ ਦੋ ਇੱਕ ਡੰਗਰ ਸਾਡਾ ਸੀ ਦੋ ਇਹ ਕਾਹੀ ਅਸੀਂ ਲੱਗੇ ਲੱਦਣ ਦੇ ਲੱਗ ਗਏ ਕਾਹੀ ਦੇ ਡੰਗਰ ਲੱਗੇ ਫੜ ਔਰ ਚੌਂਕੀ ਸੀ ਉਹ ਚੌਂਕੀ ਦੇ ਦੁਆਲੇ 11-11 ਫੋਟੋ ਨਾਲ ਰਾਹ ਬਣਾ ਕੇ ਮਾਇਨ ਲੱਗੇ ਅੱਛਾ ਅੱਛਾ ਚੌਂਕੀ ਦੇ ਆਲ ਦੁਆਲੇ ਉਹਨਾਂ ਮਾਇਨ ਲਾਏ ਦੇ ਸੀ ਆਪਣਾ ਦਫਾ ਕੀਤਾ ਆਪਣਾ ਦਫਾ ਕੀਤਾ ਤਾਰ ਨਹੀਂ ਲੱਗੀ ਤਾਰ ਨਹੀਂ ਲੱਗੀ ਦੀ ਉਹ ਮਾਇਨ ਵੀ ਤਾਂ ਉਹ ਝੋਟੇ ਨੂੰ ਲੱਗਿਆ ਮੈਂ ਜੋਈਏ ਡੰਗਰ ਦੇ ਲੈ ਚੜੀਏ ਕਾਹੀ ਪਈਆਂ ਜੀ ਜੀ ਝੋਟੇ ਨੂੰ ਉਹਨੂੰ ਤਰਾ ਲੱਗਾ ਧੋ ਕੇ ਨੱਸ ਪਿਆ ਜੀ ਜੀ ਜਿਸ ਤਰ੍ਹਾਂ ਇਹ ਸੜਕ ਪੱਕੀ ਇਸ ਤਰ੍ਹਾਂ ਸੜਕ ਹੀ ਹੈ ਇਸ ਵਕਤ ਜੀ ਜੀ ਇੰਡੀਆ ਦੀ ਅਤੇ ਪਾਕਿਸਤਾਨ ਦੀ ਸਹੀ ਇੰਡੀਆ ਦੇ ਉਸ ਜ਼ਮਾਨੇ ਵਿੱਚ ਇੰਡੀਆ ਦੀ ਸੜਕਾਂ ਪੱਕੀਆਂ ਹਨ ਵੇਲੇ ਦੇ ਵਿੱਚ ਵੇਲੇ ਦੇ ਵਿੱਚ ਉਸ ਟਾਈਮ 'ਚ ਇੰਡੀਆ ਦੀਆਂ ਸੜਕਾਂ ਪੱਕੀਆਂ ਸੀ ਪੱਕੀਆਂ ਅੱਛਾ ਜੀ ਸਹੀ ਉਹ ਝੋਟਾ ਅੱਗੇ ਮੇਰੇ ਨੱਸ ਪਿਆ ਮੇਰੇ ਨੱਸਿਆ ਮੈਂ ਡੰਗਰ ਨੂੰ ਅਤੇ ਬੰਦੇ ਨਹੀਂ ਜਾਣ ਲੱਗਾ ਸਹੀ ਹੈ
ਤਾਕਤਵਰ ਸੀ ਬਜ਼ੁਰਗ ਕਹਿੰਦੇ ਨੇ ਕਿ ਡੰਗਰ ਨੂੰ ਮੈਂ ਨਹੀਂ ਜਾਣ ਦਿੰਦਾ ਨਾ ਬੰਦੇ ਨੂੰ ਜਾਣ ਦਿੰਦਾ ਸੀ ਉਹ ਮੈਂ ਝੋਟਾ ਜੇ ਮੈਂ ਕਿਹਾ ਵੀ ਅੱਗੇ ਤਾਂ ਆ ਗਈ ਇਲਾਕਾ ਸਾਡਾ ਪਾਕਿਸਤਾਨ ਦਾ ਉੱਥੇ ਲੱਗੀ ਤਾਰ ਤਾਰ ਲੱਗੀ ਮੈਂ ਕਿਹਾ ਮੈਨੂੰ ਇੱਥੋਂ ਬਾਅਦ ਮੈਂ ਸ਼ਾਪ ਮਾਰਦਾ ਉਹ ਝੋਟਾ ਕੇ ਰਿਹਾ ਝੋਟਾ ਡੰਡੀ ਪਾ ਕੇ ਚੱਲ ਗਿਆ ਗੱਡ ਕੋਲ ਅਤੇ ਮੈਂ ਪੈ ਗਿਆ ਕਈ ਵੀ ਤੁਸੀਂ ਫੈਰ ਹੋਇਆ ਡਰਾਲ ਲਗਾ ਲਈ ਉੱਥੇ ਮੇਰਾ ਪੈਰ ਹੀ ਮੇਰਾ ਐੜਾ ਪੈਰ ਆ ਤੁਹਾਡਾ ਆਹੋ ਐ ਹਾਂਜੀ ਪੈਰ ਨੇ ਮੇਰਾ ਨੁਕਸਾਨ ਹੋਇਆ ਪੈਰ ਆਪਣੇ ਮਨ ਸਹੀ ਸਲਾਮ ਦੇ ਜੀ ਇੱਕ ਇੰਨੀ ਜਗ੍ਹਾ ਉੱਡੀ ਸੀ ਅੱਡੀ ਉੱਡ ਗਈ ਨਾ ਇੱਥੋਂ ਵੀ ਉੱਡੀ ਜਗ੍ਹਾ ਅੱਛਾ ਅੱਛਾ ਜਾ ਉਹ ਆਰਮੀ ਵਾਲੇ ਲਾਗੇ ਕੈਂਪ ਸੀ ਸਾਡਾ ਆਰਮੀ ਵਾਲੇ ਉਹਨੂੰ ਕੱਢ ਉੱਥੋਂ ਮੈਨਾਂ ਚੋਂ ਕੱਢ ਗਏ ਮੈਨੂੰ ਮੈਂ ਕਿਹਾ ਮੈਨੂੰ ਹਸਪਤਾਲ ਨਾ ਖੜ੍ਹੋ ਆਖਣਾ ਯਾਰ ਉੱਥੇ ਪੱਟੀ ਛੱਟੀ ਕਰਕੇ ਬਜ਼ੁਰਗ ਹੁੰਦਾ ਸ਼ਾਇਦ ਖਰਾਬ ਕਰੇਗਾ ਮਹਾੜ ਪਿੰਡ ਜਿਹਨੂੰ ਕਹਿੰਦੇ ਉੱਥੋਂ ਦੇ ਅਜੇ ਵੀ ਬਜ਼ੁਰਗ ਆਣੇ ਜਿਹਨਾਂ ਤੁਹਾਡੀ ਇਹ ਲੱਤ ਉੱਥੇ ਦਫਨਾਈ ਸੀ ਉੱਥੇ ਦਫਨਾਈ ਸਹੀ ਹੈ ਉਹ ਅਜੇ ਵੀ ਜਿਸਲੇ ਕਦੇ ਮੈਂ ਉਹਨੂੰ ਮਿਲਾਂ ਨਾ ਜੀ ਜੀ ਅਤੇ ਉਹਦੀ ਅੱਖਾਂ 'ਚੋਂ ਪਾਣੀ ਚੱਲ ਪੈਂਦਾ ਸਹੀ ਹੈ ਜੀ ਪਿਆਰ ਮੁਹੱਬਤ ਪਿਆਰ ਮੁਹੱਬਤ ਉਹਨੂੰ ਆਖਿਆ ਲੱਤ ਨੂੰ ਨੁਕਸਾਨ ਕੋਈ ਨਹੀਂ ਜੀ ਜੀ ਇੱਕ ਪੋਟਲਾਂ ਦੀ ਜਗ੍ਹਾ ਹੀ ਉੱਡੀ ਹਾਂਜੀ ਅਤੇ ਡਾਕਟਰਾਂ ਨੇ ਵੈਸੇ ਹੀ ਕੱਟ ਛੱਡੀ ਲਾਪਰਵਾਹ ਲਾਪਰਵਾਹੀ ਕਰ ਛੱਡੀ ਡਾਕਟਰ ਇਹ ਕਰ ਨੰਬਰ ਲੈਂਦੇ ਲਾਪਰਵਾਹੀ ਕੀਤੀ ਨਾ ਮਿਹਨਤ ਨੀ ਕੀਤੀ ਥੋੜਾ ਜਿਹਾ ਮਿਹਨਤ ਕਰਦੇ ਹੋ ਸਕਦਾ ਅੱਲਾ ਤਾਲਾ ਬਚਾ ਹੀ ਲੈਂਦਾ ਤੇ ਐੜਾ ਹੱਥ ਆ ਇਹ ਕਿਸਾਂ ਕਟੋ ਗਿਆ ਤੁਹਾਡਾ ਜੀ ਜੀ ਬਾਗ ਹੈ ਨਾ ਜੀ ਜੀ ਇੱਧਰ ਜੀ ਜੀ ਇੱਥੇ ਸਾਡੀ ਪੈਲੀ ਕੱਠੀ ਦੀ ਕੱਠੀ ਸਹੀ ਇੱਥੇ ਹੀ ਨਾ ਲੱਗਾ ਅੱਛਾ ਫੀਟਰ 18 ਦਾ 18 ਦਾ ਫੀਟਰ ਲੱਗਾ ਤਾ ਪੱਠੇ ਗੁਜ਼ਰਦੇ ਸੀ ਪੱਠਾ ਚੜ੍ਹਿਆ ਸੀ ਪੱਠੇ ਕੁੱਦ ਕੇ ਵਿਹਲ ਹੋ ਗਏ ਪਿਛਾ ਹਟਿਆ ਮੈਂ ਤੂੰ ਪਰਾਲੀ ਇੰਨਾ ਕੁ ਪਰਾਲੀ ਪਈ ਜੀ ਜੀ ਉਹਦਾ ਦੱਥਾ ਜੀ ਮਾਰੇ ਟੋਕੇ ਅਤੇ ਹੱਥ ਖਿੱਚ ਕੇ ਲੈ ਗਿਆ ਹੱਥ ਖਿੱਚ ਕੇ ਲੈ ਗਿਆ ਟੋਕੇ 'ਚ ਆਇਆ ਹੱਥ ਟੋਕ ਗਿਆ ਪੈਰ ਜਿਹੜਾ ਤੁਹਾਡਾ ਮੈਨ ਦੇ ਉੱਤੇ ਆਉਣ ਦੀ ਵਜ੍ਹਾ ਨਾਲ ਕਟੋ ਗਿਆ ਅਤੇ ਹੱਥ ਜਿਹੜਾ ਤੁਹਾਡਾ ਟੋਕੇ 'ਚ ਆ ਗਿਆ ਅੱਲਾ ਤਾਲਾ ਜੀ ਸ਼ਿਫਾ ਦੇ ਅੱਲਾ ਤਾਲਾ ਤੁਹਾਨੂੰ ਤੰਦਰੁਸਤੀ ਦੇ ਤਰੀ ਗਈ ਹੋਈ ਮੇਰੀ ਲੱਤ ਕਟੋਈ ਹੈ ਪਹਿਲਾ ਮਹੀਨਾ ਸੰਨ 71 ਦਾ ਤੇ 18 ਤਰੀਕ 18 ਤਰੀਕ ਉਸ 8 ਸਾਲ ਬਾਅਦ ਹੱਥ ਕਟੋਇਆ ਉਦੋਂ 8 ਸਾਲ ਬਾਅਦ ਹੀ ਹੱਥ ਕਟੋ ਗਿਆ ਹੈ 8 ਸਾਲ ਬਾਅਦ 8 ਸਾਲ ਬਾਅਦ ਇਹਦਾ ਮੈਂ ਕੋਈ 79-80 ਦੇ ਲਾਗੇ ਲਾਗੇ ਤੁਹਾਡਾ ਹੱਥ ਕਟੋਇਆ ਤੇ ਤੁਸੀਂ ਪੱਟੀ ਅਜੇ ਵੀ ਬੰਨੀ ਦੇ ਉਹ ਪਤਾ ਜਦੋਂ ਹੱਥ ਕਟੋਇਆ ਹੱਥ ਉਤਾਰ ਲਿਆ ਮੈਂ ਕੋਈ 9-8 ਦਿਨ ਜੀ ਜੀ ਫਿਰ ਪਿੰਡ ਨੂੰ ਛੁੱਟੀ ਕਰਾ ਕੇ ਇੱਥੇ ਆ ਗਿਆ ਉਹ ਪੱਟੀ ਮੈਂ ਇੱਕ ਦੋ ਦਿਨ ਖੋਲ ਛੱਡੀ ਮੇਰੀ ਬਾਂਹ ਦਰਦ ਹੋ ਅੱਛਾ ਮੈਂ ਕਰ ਗਿਆ ਹਸਪਤਾਲ ਅਕਰਾਮ ਹਸਪਤਾਲ ਜੀ ਜੀ ਸ਼ਕਰਗੜ ਅਸ਼ਕਰਗੜ ਉਹਨੂੰ ਗੱਲ ਕੀਤੀ ਉਹ ਆਖਰ ਤੇਰੀ ਬਾਂਹ ਨੂੰ ਹੋ ਗਿਆ ਨਸ਼ਾ ਤੂੰ ਪੱਟੀ ਬਿਲੇ ਤੈਨੂੰ ਕੀ ਫਰਕ ਪੈਣਾ ਇਸ ਵਾਸਤੇ ਅਜੇ ਵੀ ਬਾਂਹ ਪੱਟੀ ਖੋਲ ਲਈਏ ਨਾ ਤਾਂ ਬਾਂਹ ਦਰਦ ਹੁੰਦੀ ਪੱਟੀ ਬਿਲੇ ਅੱਛਾ ਪੱਟੀ ਬਿਲੇ ਟੀ ਫਿਰ ਦਰਦ ਨਹੀਂ ਹੁੰਦਾ ਅੱਛਾ ਬਜ਼ੁਰਗੋ ਮਾਸ਼ਾਅੱਲਾ ਸਾਡੇ ਨਾਜ਼ਰੀਨ ਨੂੰ ਦੱਸੋ ਕਿ ਇਹ ਫਤੂਈ ਚਾ ਕਿਹੜਾ ਪਿੰਡ ਹੈ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਨੇ ਇਹਦੇ ਲਾਗੇ ਪਿੰਡ ਮੈਂ ਇਹਦੇ ਲਾਗੇ ਇੱਕ ਬਸਾਊਕੋਟ ਅੱਛਾ ਜੀ ਦੂਜੇ ਨਸ਼ਹਿਰਾ ਜੀ ਤੀਜੇ ਸਾਲ ਜੀ ਸਾਲ ਤੋਂ ਅੱਗੇ ਖੈੜੇ ਜੀ ਕਾਲੂ ਖੈੜਾ ਜੀ ਕਾਲੂ ਖੈੜੇ ਤੋਂ ਹਟ ਗਏ ਫਿਰ ਪਿੰਡ ਸਾਡਾ ਚੱਲ ਗਿਆ ਉਹ ਖੋਸਿਆਂ ਦੀ ਬਾਰਡਰ ਹੈ ਅੱਛਾ ਜੀ ਇੱਧਰ ਪਿੰਡ ਹੀ ਬਸਾਊਕੋਟ ਜੀ ਢਹਿ ਗਿਆ ਉਹ ਅੱਛਾ ਜੀ ਬਸਾਊਕੋਟ ਦੇ ਅਗਲੇ ਪਾਸੇ ਬਟੇਰੀ ਬਟੇਰੀ ਉਹ ਢਹਿ ਗਿਆ ਪਿੰਡ ਉਹ ਵੀ ਢਹਿ ਗਿਆ ਅੱਛਾ ਉਸ ਤੋਂ ਅੱਗੇ ਧੰਦਰ ਪੋਸਟ ਉਹ ਵੀ ਪਿੰਡ ਸੀ ਧੰਦਲ ਪਿੰਡ ਸੀ ਉਹ ਵੀ ਕਟੋ ਗਿਆ ਉਹ ਪਾਕਿਸਤਾਨ ਦਾ ਹੀ ਇੰਡੀਆ ਦਾ ਪਾਕਿਸਤਾਨ ਦਾ ਉਹ ਵੀ ਗਰਾਬਰਦ ਹੋ ਗਿਆ ਉਹ ਜੱਟਾਂ ਉਹ ਮੁਸਲਮਾਨ ਜੱਟ ਇਹ ਅੱਛਾ ਜੀ ਉਸ ਤੋਂ ਅੱਗੇ ਆ ਗਿਆ ਫਿਰ ਧੰਦਲਾਂ ਵਿੱਚ ਜੱਟ ਲੋਕ ਇਹ ਜੀ ਜੀ ਚਲੇ ਚੁਲੇ ਗਏ ਉਹ ਅੱਗੇ ਫਿਰ ਆ ਗਏ ਸਾਡੇ ਸਿੱਧਾ ਛੰਨੀ ਟੇਕਾ ਅੱਛਾ ਹੁਣ ਇਹ ਫਤੂਈ ਚੱਕ ਤੇ ਵਸਾਊਕੋਟ ਤੋਂ ਅੱਗੇ ਕੋਈ ਪਿੰਡ ਨਹੀਂ ਹੈ ਅੱਗੇ ਕੋਈ ਪਿੰਡ ਨਹੀਂ ਸਹੀ ਹੈ ਇੱਧਰ ਨੂੰ ਕੋਈ ਪਿੰਡ ਨਹੀਂ ਦੱਖ ਨੂੰ ਕੋਈ ਪਿੰਡ ਨਹੀਂ ਇੱਧਰ ਨੂੰ ਪਿੰਡ ਹੈ ਸਹੀ ਹੈ
अच्छा बुजुर्गो अपने फतुई चक जो पिंड है जो 47 तो बाद फतुई चक आए हो इथे को सिख हिंदू रहिंदे रहे ने है सिखां दा पिंड ही ये सिखां दा पिंड सी फतुई चक मालक इथे हुण समझाइए असीं आण के देखी पोजीशन की जी जी जिहड़े सिख है उह मालक है ते जिहड़े मुसलमान है उह बेमालक है अच्छा सिख जिहड़े है उह मालक सी ते जिहड़े मुसलमान सी उह बेमालक सी बेमालक मच्छी भी है सी जी जी बरवाले भी है जी जी महलां दे घर है कोई दलावर पटवारी मुसलमान सी आहो इथों दा फतुई चक दा नहीं नहीं शायद नियाल पिंड तो सुनया वेगा राजपूतां पिंड है पाकिस्तान च आहो इधर ही है ममदली पटवारी ममदली पटवारी गरदौरी गरदौर दलावर पटवारी सी पटवारी सी दलावर ते बशीर ते सफदर ए पटवारी ममदली गरदौर सी सही ओ भी राजपूत जी जी इस बार उन्होंने दी सन 66 दे विच सरदार उन्होंने दस्या फतुई चक पिंड है जिहड़ा जिहड़े इस्तेमाल चक सानू चुका के ने जमीन जी फिर उन पिंड कटे कीते जिहड़े स्याणे लोग फतुई चक दे मकामी जी जी उन्होंने पूछा कि फतुई चक किहदे नां ते है किहदे नां ते फतुई चक उन्हें इन्हें आखिया सानू नहीं पता अच्छा जी उन्हें कागज पाल गए थे उन्हें आखिया एक कि उन्हें दाज दिता है 742 कमां जमीन 742 कमां एक प्यो ने दाज दिता दाज धी दाज दिता तो धी नू दाज दिता उन्हें फिर ना उसे लिखा ना उन्हें आखिया उसका नाम थी बंती 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 अच्छा बाती बाती आखते वह ब्याह गराले 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 ब्याई तो उसे उन डंगर मार बरसा भेजा बड़ा जी जी वो भी जाते राजबाड़ा जी जी लाई माछी को लेके गया गाइया मैया जी वो जाने आगे सरदार ने डंगर से भेज दिते तो जगह नहीं दी बनने जगह नहीं दी सरदार ने भेज दाज दिता सी सरदार ही आखते जटा सिखा सरदार हाँ जी आखते ने वह भी बंदा चंगा लैन ला रहे ठीक है जिन धी जाके दी धी दी जनू कुर्मी जी जी ये भी बड़ा खुला माल घोड़ी की जमीन तौले नहीं फिर दी सही इन्नी जमीन सी कि घोड़ी के बैग नहीं फिर हाँ वो फिर जल्द नाई मरासी डंगर लैके गया तो उन नाई ने आख्या भी सरदार ने डंगर देने भेज दिए बनने वास्ते जगह भी कुछ देता सही नाइया ने गल डंगर छाया जी जी आ गल दसी अपने चोरी जमीन सरदार जी ए गल तेरे को लगी धी जमीन धी ब्याई गई उन्होंने सुन ली गल मेरे सोरे ने ए गल की अच्छा जी पहले हम नाई जो सुना भाई सरदार मेरे कुर्म ने की आखिर कुर्म तेरे ने ए गल आखी जी आखना अच्छा फिर धी भी डोले चल गई एक रात कट्टी आखन गया अबा जी हूँ मैं बापू आ गए जी जी बापू कहने आखिर बापू मैं नहीं जाना उसे सही वो आखना तू जाना नहीं तो मैं भेजना नहीं तो सही है मैं नहीं भेजना सही मैं उसकी गल सुन ली जिन्नी करतूत है चलो ठीक है उस सरदार ने क्या सिख ने डलेबुरी ने जी जी धी सी जी धी सी हाँ आखा मैं नहीं भेज वह फिर धी दो दिन चार दिन गुजरे ये रिकॉर्ड पढ़िया लिखा पढ़िया अच्छा लिखा पढ़िया रिकॉर्ड धी ने आख्या लै पुत्र घोड़ी तो छनिया ने गुठे फेर लै जी ए फिर 742 कमाद वाली घोड़ी फेरी
सड़क बार बार से कोठे फतुई चाक है 742 किले 742 किले पै रही है फतुई चाक धी दाज दिता था। ठीक है सरदारा को जमीन बड़ी होंगी सी खुली जमीन जेडे पाकिस्तानी इधर से सारे तुम दस दौ काम ही सी उन्होंने नौकर सी मुसलमान जिथे कटे जिथे ज्यादा कामयाब बाकी बाकी सारे उन्होंने काम ही सी उन्होंने काम कर जी जी नौकरी कर नौकरी करनी उन्होंने हाल बने उसे रोटी खा छोड़ कणक लाए खानी को सब कुछ लाए खानी। अच्छा बुजुर्गो अपने सानू ये दसो कि ताड़ा जेड़ा फतुई चाक एदा यूनियन काउंसल केड़ा या एदा डाकखाना केड़ा डाकखाना एदा छन्नी टेका सी नहीं हुण इस टाइम एदा डाकखाना केड़ा बारा मंगा है। अच्छा फतुई चाक दा डाकखाना इस टाइम बारा मंगा है और जेड़ा एदा यूनियन काउंसल ओ केड़ी जगह डल्लेबुड़े ओ डल्लेबुड़े यूनियन काउंसल डल्लेबुड़ा डाकखाना जेड़ा बारा मंगा ते पहले केड़ा हुंदा रहा पहला जदी पूछी छन्नी टेकर अजे भी ओ नाम से चलता पे अजे भी ओ नाम से चलता पे अजे भी बड़ी गल है बड़ी अपने गल है बड़ा अच्छा बड़ी याददाश्त है बजुर्गों की माशाल्लाह। छोटी गल हो जिस वे रिकॉर्ड पढ़ के सुनाया इन्होंने लोगों को जी फिर उन्हें दसा भी ऐसे बाकी वो ऐसी नहीं देखा शेख ना जगह के जट को लेगा सिख को हाँ अच्छा जी कि बंद यार दोस्त होगा जी जी इतने होंगे हीरे शाह पटवारी आया लगा हीरे शाह पटवारी अच्छा जी वो लगा इतने अच्छा जी बंबई बाल बच्चा आ गया तो पटवार खाना ही जर्मनी तो इसी बैठ के रहा बच्चा उसका फौत हो गया जी जी तो उन्होंने कहा मैं बच्चा दफन कर रहा कब्रस्तान कितने अखंड कब्रस्तान है नहीं सर जो 47 तो पहले दस दे पे ना पहले दी गल पहले उदो कब्रस्तान है नहीं भी है नहीं आखना तुम कि नप आखना सिखा दिन पैरिया नपन दिने बाहर दिने बाहर देने पटवारी मुसलमान तो जाने जाने आखन का यार इंज कम हो तो बुरी गल है जी जी बड़ा कब्रस्तान वो आखना कोई बंदा तो मुसलमान तो गुजर को उठे जी कि जट ना समझ है जी जी वो मेरे को लिया जी जी उन लिया जी बंदा ही यार दोस्त जी जी आखन सरदार जी तेन सदा इस वास्ते है कि साडा मुसलमान का कब्रस्तान कोई नहीं सही तो यार को बेगा शेख वाला पैरी दे दे जी ऐ तो अपने नो ऐ तो ना शेख नु क्या सरदार नु आ अच्छा जी आखने जरा शेख वाला पैरी ले लो एड़ा कब्रस्तान है पीछे आ ए अपने शेख वाला ऐ ले लो पैरी कब्रस्तान आ उठे मुंजी लगदी है अच्छा जी असल जगह ना कब्रा दी अच्छा उठे मुंजी लगदी नीवी जगह अच्छा वो नीवी जगह ही उठे मुंजी लगदी है ते कब्रस्तान साइड ते फिर बना लिया नहीं कब्र आ ए 47 दे बाद ओ दे 60 तो बाद 67 च बने कब्रस्तान अच्छा 67 च बनाया कब्रस्तान ए ते फिर उन अगर पटवारी ने उन आखिया सानू मालका नु यार कब्रस्तान तुहाडा दे ए मिसे करना ते जे तुसी कटाओ रकबा ते कब्रस्तान खुला कर माल के थे को किले ने भी आई को दो किले ने भी आई को मरबे ने भी को दो दा तो बड़े बड़े उन्होंने आके लड़के पुत्र दे काट रहे थे चार किले कब्रस्तान बना जा सही ऐसे ले सारे चार चफेरे सड़क भी है कब्रस्तान दे ते चार किले कब्रस्तान चार अच्छा माशाल्लाह ये बड़ी गल है चार किले कब्रस्तान वास्ते इस टाइम है और उधर सड़क भी है बड़ी गल है इस टाइम बुजुर्गो जो फतुई चाक का इस टाइम जो लंबड़दार है वो कौन है एक जब बूटा है लब्बा भी आखते हैं उर्फ लब्बा अच्छा उर्फ लब्बा बूटा हाँ उर्फ बूट ए लब्बा उर्फ लब्बा एक मोहम्मद बूटा है न्याज लंबड़दार का प्यो पुत्र है अच्छा न्याज लंबड़दार का पुत्र है हाँ एक गुजर ही हशमत लंबड़दार अच्छा नूर कुड़ों नूर को हशमत लंबड़दार लंबड़दार उन लही रियासियों को जमीन जूंडा के साथ में अच्छा जी ਉਹਦੀ ਕੋਈ 6 ਕਿੱਲੇ ਪੈਣੀ ਸੀ ਜੀ ਉਹ ਵੀ ਲੰਬੜਦਾਰ ਇਸ ਪਿੰਡ ਦਾ ਸੀ ਸਹੀ ਪਿੰਡ ਲੰਬੜਦਾਰ ਹੈ ਸਹੀ ਅੱਛਾ ਬਜ਼ੁਰਗੋ ਸਾਨੂੰ ਇਹ ਦੱਸੋ ਕਿ ਤੁਸੀਂ ਤੇ ਇੰਡੀਆ ਚੋਂ ਆਏ ਨਾ ਮਸਲਨ ਕਿ ਫਤੂਈ ਚੱਕ ਇੱਧਰ ਫਤੂਈ ਚੱਕ 'ਚ ਹਿੰਦੂ ਰਹਿੰਦੇ ਨੇ ਕਿ ਸਿੱਖ ਰਹਿੰਦੇ ਨੇ ਸਿੱਖ ਰਹਿੰਦੇ ਨੇ ਨਾ ਸਿੱਖਾਂ ਦਾ ਪਿੰਡ ਦੱਸਿਆ ਤੁਸੀਂ ਫਤੂਈ ਚੱਕ ਇੱਥੇ ਸਿੱਖਾਂ ਦੀ ਕੋਈ ਮੰਨਤਾਂ ਮੁੰਨਤਾਂ ਵਾਲੀਆਂ ਜਗ੍ਹਾ ਵੀ ਹੁੰਦੀਆਂ ਨੇ ਜਿੱਥੇ ਕੋ ਆਪਣਾ ਗੁਰਦੁਆਰੇ 'ਚ ਹੈ ਤਿੰਨ
अच्छा फतुई चाच गुरुद्वारे उन्होंने बने दे छोटे बने बने केड़ी जगह ते बने दे ही एक ते पिंड दे विच ही नो एक जी जी एक ते साडा स्कूल वेखा तू जी जी स्कूल वाली जगह गुरुद्वारे वाली जगह स्कूल है अच्छा गुरुद्वारे वाली जगह है फतुई चाक दा स्कूल है गुरुद्वारे वाली जगह ते हां ते एक साडे मोहल्ले है ओ उदे विच माजर पठान रहंदे ने अच्छा माजर पठान रहंदे ने हां दो गुरुद्वारे ने जेड़े ਸਮੈਲ ਦੇ ਮੁੰਡੇ ਇੱਥੇ ਰਹਿੰਦੇ ਨੇ ਉਹ ਵੀ ਗੁਰਦੁਆਰਾ ਜੀ ਜੀ ਜਿੱਥੇ ਅਨਵਰ ਖਾਨ ਹੈ ਇਹ ਵੀ ਗੁਰਦੁਆਰਾ ਅੱਛਾ ਜੀ ਸਹੀ ਜਿਹੜਾ ਸਕੂਲ ਹੈ ਇਹ ਵੀ ਗੁਰਦੁਆਰਾ ਸਹੀ ਹੈ ਸਹੀ ਅੱਛਾ ਬਜ਼ੁਰਗੋ ਇੱਥੇ ਹਕੂਮਤ ਸਿੱਖਾਂਗੀ ਸਿੱਖਾਂ ਦੀ ਮਸਲਾਂ ਕਿ ਸਿੱਖ ਰਹਿੰਦੇ ਨੇ ਤੇ ਸਿੱਖਾਂ ਦਾ ਹੀ ਇੱਥੇ ਜਿਸ ਤਰ੍ਹਾਂ ਲੰਬੜਦਾਰ ਵੀ ਸਿੱਖ ਸੀ ਤੇ ਉਹਨਾਂ ਦੇ ਕਿਸੇ ਦਾ ਕੋਈ ਨਾਂ ਪਤਾ ਹੈ ਤੁਹਾਨੂੰ ਸਿੱਖਾਂ ਨਾਂ ਨਹੀਂ ਤੁਹਾਨੂੰ ਕਾਗਜ਼ ਫੂਕ ਛੜੇ ਕਾਗਜ਼ ਫੂਕ ਛੜੇ ਜਾਂ ਚਲ ਚੁਲ ਗਏ ਉੱਧਰ ਸ਼ਿਫਟ ਹੋ ਗਏ ਉਹ ਮਤਲਬ ਹੁਣ ਤੁਹਾਨੂੰ ਗੱਲ ਸਮਝਾਣੀ ਜਿਹੜਾ ਰਿਕਾਰਡ ਇਹ ਨਾ ਲਾਡ ਮਿਡ ਇੰਦੂਆਂ ਦੀ ਸਿੱਖਾਂ ਦੀ ਉਹ ਵੀ ਇਸਤੇਮਾਲ ਕਰਕੇ ਦੇ ਨਾ ਖਤਮ ਕਰ ਦਿੱਤੀ ਆ ਜਾਂ ਚਲੇ ਗਏ ਜਿਸ ਤਰ੍ਹਾਂ ਮਸਲ ਸਾਡਾ ਜਿੰਨਾ ਵੀ ਇੰਡੀਆ ਦਾ ਸਾਡਾ ਰਿਕਾਰਡ ਆ ਸਾਨੂੰ ਉਹਨਾਂ ਨੇ ਦਿੱਤਾ ਸਾਡਾ ਲਾਹੌਰ ਰੈਵਨਿਊ ਬੋਰਡ ਚ ਪਿਆ ਉਹ ਤੇ ਜ਼ਮੀਨ ਦਾ ਰਿਕਾਰਡ ਹੈ ਜੀ ਜੀ ਜਿਹੜਾ ਸਾਡਾ ਜਾਤੀ ਰਿਕਾਰਡ ਹੈ ਵੀ ਗੁਜਰੇ ਜਲਾ ਹੈ ਇਹ ਕੰਮ ਕਰ ਉਸ ਰਿਕਾਰਡ ਖਤਮ ਹੋ ਗਿਆ ਸਹੀ ਅੱਛਾ ਬਜ਼ੁਰਗੋ ਆਪਣੇ ਸਾਡੇ ਨਾਜ਼ਰ ਨੇ ਦੱਸਿਓ ਫਤੂਈ ਚੱਕ ਚ ਇਸ ਟਾਈਮ ਕਿਹੜੀ ਕਿਹੜੀ ਬਰਾਦਰੀ ਰਹਿ ਰਹੀ ਹੈ ਇੱਥੇ ਸਾਰੀਆਂ ਬਰਾਦਰੀ ਬਰਵਾਲੀ ਵੀ ਹੈ ਨਾ ਅੱਛਾ ਜੀ ਜਲਾਈ ਵੀ ਹੈ ਨਾ ਜੀ ਤੇਲੀਆਂ ਦਾ ਵੀ ਘਰ ਇੱਕ ਹੈ ਅੱਛਾ ਜੀ ਗੁੱਜਰ ਵੀ ਹੈ ਨਾ ਅੱਛਾ ਜੀ ਇੱਕ ਬੰਦਾ ਮਾਸੀਆਂ ਦਾ ਵੀ ਹੈ ਜੀ 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 ਇੱਥੇ ਤੇ ਜ਼ਿਆਦਾ ਕਿਹੜੀ ਬਰਾਦਰੀ ਹੈ ਗੁੱਜਰ ਨੇ ਗੁੱਜਰ ਜ਼ਿਆਦਾ ਗੁੱਜਰ ਰਹਿੰਦੇ ਨੇ ਹਾਂ ਤੇ ਦੂਸਰੇ ਨੰਬਰ ਤੇ ਮਹਿਰ ਦੂਸਰੇ ਨੰਬਰ ਤੇ ਮਹਿਰ ਪਹਿਲੇ ਨੰਬਰ ਤੇ ਗੁੱਜਰ ਜ਼ਿਆਦਾ ਨੇ ਔਰ ਦੂਸਰੇ ਨੰਬਰ ਤੇ ਮਹਿਰ ਦੱਸਦੇ ਪਏ ਨੇ ਰਹਿੰਦੇ ਪਏ ਨੇ ਆਪਣੇ ਬਜ਼ੁਰਗੋ ਇਸ ਟਾਈਮ ਜਿਹੜਾ ਇਸ ਟਾਈਮ ਪਹਿਲੇ ਤਾਂ ਤੁਹਾਨੂੰ ਦੱਸਿਆ ਨਾ ਕਿ 742 ਕਮਾ ਸੀ ਫਤੂਈ ਚੱਕ ਦੇ ਇਸ ਟਾਈਮ ਫਤੂਈ ਚੱਕ ਦਾ ਕਿੰਨਾ ਕੁ ਰਕਬਾ 1000 ਕਮਾ ਦਾ ਰਕਬਾ ਇਸ ਟਾਈਮ ਫਤੂਈ ਚੱਕ ਦਾ 1000 ਕ ਕਮਾ ਰਕਬਾ ਹਾਂ ਅੱਛਾ ਵੱਧ ਗਿਆ ਜ਼ਿਆਦਾ ਹੋ ਗਿਆ ਉਹ 250 ਕਮਾ ਉਹ ਗੱਲ ਫੇਰ ਆ ਗਈ ਮੁੱਢੇ ਉਹ ਜਿਹੜਾ ਨਾ ਸਿੱਖ ਡੱਲੇ ਗੁੜੀਆ ਜੀ ਜੀ ਉਹ ਜ਼ਮੀਨ ਉਹ ਵੀ ਸਿੱਖ ਦੀ ਜੀ ਜੀ ਉਹ ਵੀ ਡੰਗਰ ਚਾਰਦਾ ਸੀ ਮੁਸਲਮਾਨ ਕੋ ਬੰਦਾ ਮੁਸਲਮਾਨ ਜੀ ਜੀ ਅੱਲਾ ਦਾ ਬੰਦਾ ਸੀ ਜੀ ਜੀ ਉਹ ਜਿਹੜੇ ਧੀ ਦਿੱਤੀ ਨਾ 742 ਕਮਾ ਜੀ ਜੀ ਉਹ ਰਾਤ ਵਿੱਚ ਢੀ ਵਿਆਹ ਕਰ ਅੱਛਾ ਜੀ 5 ਰੱਖਦੇ ਅੱਛਾ ਜੀ ਉਹ ਫਕੀਰ ਡੱਲੇ ਬੂੜੇ ਦੇ ਉਹਨੂੰ ਆਖਣ ਗਿਆ ਜਾਓ ਵੀ ਕਮਾ ਮੈਂ ਜੀ ਨਾਲ ਲਾਤੀ ਢੀ ਸਹੀ 742 ਇਹਨਾਂ ਦੇ ਦਿੱਤੀ ਧੀ ਨੂੰ ਜੀ ਤੇ 20 ਕਿੱਲੇ ਉਹ ਢੀ ਦੇ ਨਾ ਕਰ ਢੇਰੀ ਦੇ ਨਾ ਕਰ ਤੇ ਉਹ ਜਿਹੜਾ ਨੌਕਰ ਜਿਹੜਾ ਡੰਗਰ ਚਾਰਦਾ ਸੀ ਜੀ ਜੀ ਉਹਨੂੰ ਬਾ ਉਹਨੂੰ ਆਖਣ ਲੱਗਾ ਬਾਬਾ ਕੁਲਿਆ ਤੂੰ ਗਾਈਆਂ ਵੀ ਇਹ ਚਾਰਨਾ ਮੰਗ ਯਾਰ ਉਹ ਸਰਦਾਰ ਜੀ ਤੇਰੀਆਂ ਗਾਈਆਂ ਮੇਰੀਆਂ ਵੀ ਚੋਰੀਆਂ ਨੇ ਬਾਬਾ ਕੁੱਲਾ ਜਿਹਦਾ ਨਾਂ ਤੁਸੀਂ ਲਿਆ ਉਹ ਤਾਂ ਡੱਲੇਪੁਰੇ ਨਹੀਂ ਦਫਨਾ ਦਾ ਡੱਲੇਪੁਰੇ ਢੇਰੀ ਹੈ ਹਾਂ ਡੱਲੇਪੁਰੇ ਅਸੀਂ ਪਹਿਲੇ ਵੀ ਵੀਡੀਓ ਬਣਾਈ ਨਾ ਆਜ਼ਮ ਦੱਸਣ ਜਾਂਦੇ ਜਿਹਨਾਂ ਬਜ਼ੁਰਗਾਂ ਦਾ ਬਾਬਾ ਜੀ ਜ਼ਿਕਰ ਕਰਦੇ ਪਏ ਨੇ ਉਹ ਡੱਲੇਪੁਰੇ ਪਿੰਡ ਜਿਹੜੇ ਨੇ ਉਹ ਉੱਥੇ ਆਪਣੇ ਦਫਨਾਏ ਡੱਲੇਪੁਰੇ ਉਹਦੇ ਢੇਰੀ ਮੇਲਾ ਵੀ ਹੁੰਦਾ ਜੀ ਜੀ ਉਹ ਨਾਲ ਡੰਗਰ ਅੱਲਾ ਦਾ ਬਲੀ ਵੀ ਆਏ ਤੇ ਡੰਗਰ ਵੀ ਚਾਰੇ ਡੱਲੇਪੁਰੇ ਦੇ ਲੋਕ ਸਾਡੇ ਬਜ਼ੁਰਗ ਦੱਸਦੇ ਸੀ ਕਿ ਉਹ ਤੇ 350 ਕਮਾ ਦੇ ਮਾਲਕ ਸੀ ਨਹੀਂ 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 350 ਮੈਂ ਤੁਹਾਨੂੰ ਜਿਹੜੀ ਹੈ ਜ਼ਿਮੀਂਦਾਰ ਨੂੰ ਸਾਰੇ ਜ਼ਿਮੀਂਦਾਰਾਂ ਨੂੰ ਪਤਾ ਨਹੀਂ ਸਾਡਾ ਰਕਬਾ ਕਿੰਨਾ ਹੈ ਸਹੀ ਇੱਥੇ ਹੋਰ ਕਿਸੇ ਨੂੰ ਕਈ ਪੁੱਛ ਕੇ ਵੇ ਕਿ ਫਤੂ ਚੱਕ ਦਾ ਰਕਬਾ ਜੇ 10 ਮੈਨੂੰ ਪਾ ਲਈ ਇਸ ਟਾਈਮ 1000 ਕੁ ਕਮਾ ਹੈ ਮਾਸ਼ਾਅੱਲਾ ਆਪਣੇ ਬਜ਼ੁਰਗੋ ਸਾਨੂੰ ਇਹ ਦੱਸੋ ਕਿ ਫਤੂਈ ਚੱਕ ਇਸ ਟਾਈਮ ਕਿੰਨੇ ਕੁ ਘਰਾਂ ਦਾ ਆਪਣੇ ਪਿੰਡ ਹੈ ਕਿੰਨੇ ਕੁ ਘਰ ਨੇ ਇਸ ਪਿੰਡ 'ਚ ਇਹਦੇ ਪਿੰਡ ਹੁਣ ਤੁਹਾਨੂੰ ਔਸਤ ਦਾ ਇਹ ਹੈ ਵੀ ਜਦੋਂ ਇਹ ਸਨ ਸ਼ਹਿਰ 'ਚ ਇਸਤੇਮਾਲ ਹੋਈ ਜਾਣਾ ਉਦੋਂ ਸੀ ਪਿੰਡ 7.5 ਕਿੱਲੇ ਦਾ 7.5 ਕਿੱਲਿਆਂ 'ਚ ਇਹ ਪਿੰਡ ਸੀ ਤੇ ਇਸ ਟਾਈਮ ਇਸ ਵੇਲੇ 5 ਕਿੱਲੇ ਦਾ ਇਸ ਟਾਈਮ 5 ਕਿੱਲਿਆਂ 'ਚ ਪੰਜੀਆਂ ਕਿੱਲਿਆਂ 'ਚ ਪਿੰਡ ਆ 350 ਦੇ ਲਾਗੇ ਲਾਗੇ ਕੋਈ ਹੈ ਨੇ ਘਰ ਘਰ ਆ ਗਏ ਅੱਛਾ ਬਜ਼ੁਰਗੋ ਇਸ ਪਿੰਡ ਦੇ ਲੋਕ ਬਾਹਰ ਵੀ ਸ਼ਿਫਟ ਹੋਏ ਨੇ ਸ਼ਹਿਰਾਂ 'ਚ ਬੜੇ ਚੱਲ ਗਏ ਬਹੁਤ ਚੱਲ ਗਏ ਰਾਈ ਚੱਲ ਗਏ ਗੁਜਰ ਚੱਲੇ ਗਏ ਕਿਹੜੇ ਕਿਹੜੇ ਸ਼ਹਿਰਾਂ 'ਚ ਗਏ ਕੋਈ ਬਿਹਾਰੀ ਚਲਾ ਗਿਆ ਜੀ ਕੋਈ ਕੁਜਰਾਂ ਵਾਲੇ ਚਲਾ ਗਿਆ ਜੀ ਕੁਛ ਇੱਥੇ ਡਸਕੇ ਬੈਠੇ ਜੀ ਇੱਧਰ ਸਾਫ ਸਾਫ ਸਾਰੇ ਕੋਈ ਨਹੀਂ ਨੂਰਕੋਟ ਵੀ ਕੋਈ ਸਾਡੇ ਲਾਗੇ ਵੀ ਨੂਰਕੋਟ ਸ਼ਿਫਟ ਹੋਏ ਨੇ ਕੋਈ ਆਹੋ ਨੂਰਕੋਟ ਵੀ ਆਏ ਅੱਛਾ ਨੂਰਕੋਟ ਜਿਹੜੇ ਸ਼ਿਫਟ ਹੋਏ ਨਾ ਉਹਨਾਂ ਦਾ ਨਖੇੜਾ ਨਾ ਉਹਨਾਂ ਲੋਕਾਂ ਨੇ ਜਗ੍ਹਾ ਮੁੱਲ ਲੈ ਕੇ ਤੇ ਕੋਠੀਆਂ ਪਾ ਲਈਆਂ ਸਹੀ ਹੈ ਅੱਛਾ ਬਜ਼ੁਰਗੋ ਸਾਨੂੰ ਦੱਸੋ ਕਿ ਇਹ ਪਿੰਡ ਦੇ ਜ਼ਿਆਦਾ ਲੋਕ ਜ਼ਿਮੀਂਦਾਰਾ ਕਰਦੇ ਨੇ ਜਾਂ ਆਪਣੇ ਮੁਲਾਜ਼ਮ ਪੇਸ਼ਾ ਨੇ ਮੁਲਾਜ਼ਮ ਪੇਸ਼ਾ ਘੱਟ ਨੇ ਅੱਛਾ ਮੁਲਾਜ਼ਮ ਪੇਸ਼ਾ ਘੱਟ ਨੇ ਜ਼ਿਮੀਂਦਾਰ ਕਰ ਕਾਸ਼ਤਕਾਰੀ ਕਰਦੇ ਨੇ ਕਾਸ਼ਤਕਾਰੀ ਕਰਦੇ ਨੇ ਇਹ ਕੂਫ ਅਕਲ ਬੰਦ ਨਹੀਂ ਹੋ ਸਕਦਾ ਤੇ ਕਾਂ ਦਾ ਬੱਚਾ ਹੰਸਾਂ ਦੇ ਲੜਾ ਜੀ ਤੇ ਉਹ ਹੰਸ ਨਹੀਂ ਬਣਦਾ ਵੈਰੀ ਗੁੱਡ ਜ਼ਬਰਦਸਤ ਗੱਲ ਕੀਤੀ ਹੈ ਨਾ ਅੱਛਾ ਬਜ਼ੁਰਗੋ ਮਾਸ਼ਾਅੱਲਾ ਤੁਸੀਂ ਮਾਸ਼ਾਅੱਲਾ ਅੱਲਾ ਤੁਹਾਡੀ ਲੰਬੀ ਉਮਰ ਕਰੇ ਬੜੀ ਜ਼ਿੰਦਗੀ ਤੁਸੀਂ ਗੁਜ਼ਾਰੀ ਆ ਤੁਸੀਂ
इंडिया च भी जिंदगी गुजारी, पाकिस्तान च भी गुजारी, इन्ने साल दे माशाल्लाह तुसीं हो गए, अल्लाह ताला तुहाडी उम्र च बरकत अता फरमाए। सानूं यह दसो कि उदो माहौल कैसा हुंदा सी ते अज दे नौजवानां दा माहौल कैसा? ਉਹ ਮਾਹੌਲ ਸਹੀ, ਅੱਜ ਦਾ ਨਹੀਂ ਸਹੀ। ਸਾਡੇ ਜਿਹੜੇ ਨਾਜ਼ਰੀ ਨੇ, ਸਾਡੇ ਬੱਚੇ ਵੀ ਦੇਖਦੇ ਨੇ, ਸਾਡੀਆਂ ਭੈਣਾਂ ਵੀ ਦੇਖਦੀਆਂ, ਸਾਡੇ ਭਰਾ ਦੇਖਦੇ, ਬਜ਼ੁਰਗ ਦੇਖਦੇ ਨੇ, ਇਹਨਾਂ ਨੂੰ ਕੀ ਮੈਸੇਜ ਦਿਓਗੇ ਤੁਸੀਂ, ਕੀ ਕਹਿਣਾ ਚਾਹੁੰਦੇ ਹੋ? ਇਹ ਕਹਿਣਾ ਚਾਹੋਗੇ ਸਾਡੀ ਮਨਿਆਦ ਹੈ, ਸਲਾਮੋ ਅਲੈਕੁਮ, ਬਾਲ ਲੈਕੁਮ। ਜੀ ਜੀ, ਹੈ ਪਹਿਲੀ ਗੱਲ, ਤੁਸੀਂ ਮਸਜਿਦ 'ਚ ਜਿੰਨੇ ਫੇਰੇ ਚਾਹੋ ਤੇ ਸਲਾਮੋ ਅਲੈਕੁਮ। ਜੀ ਜੀ, ਕਿਆ ਬੰਦਾ ਹੋਵੇ ਜਾਂ ਨਾ ਹੋਵੇ, ਉਸੇ ਪਤਾ ਕੀ ਹੈ, ਉਹਦੇ ਮਖਲੂਕ ਮਸਜਿਦ 'ਚ ਹਰ ਵੇਲੇ ਪਾਦੇ ਨੇ। ਇਹਨਾਂ ਬੱਚਿਆਂ ਨਾਲ ਤੁਰੇ ਚੱਲਦਾ ਸਲਾਮੋ ਅਲੈਕੁਮ, ਇਹਨਾਂ ਇੱਥੇ ਚੱਲ ਰਿਹਾ, ਬੇਅਦ ਵੀ ਹੋ ਗਈ। ਜੀ ਜੀ, ਬੇਅਦ ਮਾਂ ਮਖਸੂਸ ਨਾ ਹੱਥ ਤੇ ਨਾ ਦਰਗਾਹੇ ਢੋਈ, ਮੰਜ਼ਲ ਮਖਸੂਸ ਨਾ ਪਹੁੰਚੇ ਤੇ ਬਗੈਰ ਅੱਡ ਦੋ। ਜ਼ਬਰਦਸਤ ਹੋ ਗਿਆ ਜੀ ਭੈਣ, ਵਾਕਈ ਸਹੀ ਤੁਹਾਡੀ ਗੱਲ ਹੈ। ਨਾਜ਼ਰੀਨ, ਵੀਡੀਓ ਕਾਫੀ ਲੰਬੀ ਹੁੰਦੀ ਜਾ ਰਹੀ ਆ। ਬਜ਼ੁਰਗ ਸਾਡੇ ਸਹੀ ਕਹਿੰਦੇ ਨੇ ਕਿ ਅੱਜ ਕੱਲ੍ਹ ਦੀ ਜਿਹੜੀ ਨਵੀਂ ਨਸਲ ਹੈ ਨਾ, ਨਾ ਤਾਂ ਗੇਮ ਕੋਈ ਕਰਦੀ ਆ, ਨਾ ਫਿਜ਼ੀਕਲ ਕੋਈ ਕੰਮ ਕਰਦੇ ਨੇ, ਨਾ ਅੱਜ ਕੱਲ੍ਹ ਵਰਜਿਸ਼ ਕਰਦੇ, ਨਾ ਸੁਬਹ ਦੇ ਉੱਠ ਕੇ ਆਪਣੇ ਕੋਈ ਨਮਾਜ਼ ਪੜ੍ਹਦੇ ਨੇ। ਸਿਰਫ ਕੀ ਆ, ਜੇ ਅਗਰ ਬਿਸਤਰੇ ਤੋਂ ਉੱਠਦੇ ਨੇ ਤਾਂ ਸਭ ਤੋਂ ਪਹਿਲੇ ਮੋਬਾਈਲ ਫੜਦੇ ਨੇ, ਮੋਬਾਈਲ ਇਸਤੇਮਾਲ ਕਰਦੇ ਨੇ, ਮੋਬਾਈਲ 'ਤੇ ਗੇਮਾਂ ਖੇਡਦੇ ਨੇ। ਔਰ ਬਜ਼ੁਰਗਾਂ ਨੇ ਬੜੀ ਅੱਛੀ ਗੱਲ ਕੀਤੀ ਆ ਕਿ ਇਹਨਾਂ ਨਾਲ ਸਲਾਮ ਲਵੋ, ਨਾ ਇਹਨਾਂ ਨੂੰ ਸਲਾਮ ਲੈਣ ਦਾ ਪਤਾ, ਨਾ ਇਹਨਾਂ ਸਲਾਮ ਦਾ ਜਵਾਬ ਸਹੀ ਤਰ੍ਹਾਂ ਦਿੰਦੇ ਨੇ। ਹੋ ਸਕਦਾ ਮੋਬਾਈਲ ਦੇਖਦਿਆਂ ਦੇਖਦਿਆਂ ਭਾਵੇਂ ਕਿਤੇ ਠੇਡਾ ਲੱਗੇ ਅਤੇ ਮੂੰਹ ਭਰ ਪਏ ਦੇ ਹੋਣ। ਬਿਲਕੁਲ, ਬਜ਼ੁਰਗਾਂ ਨੇ ਸਹੀ ਗੱਲ ਕੀਤੀ ਆ, ਸਾਡੇ ਜਿਹੜੇ ਭਰਾ, ਸਾਡੇ ਬੱਚੇ ਜਿਹੜੇ ਦੇਖਦੇ ਨੇ, ਜ਼ਰੂਰ ਯਾਰ ਬਜ਼ੁਰਗਾਂ ਕੋਲੋਂ ਸਿੱਖੋ ਕੁਛ। ਸਾਡੇ ਬਜ਼ੁਰਗ ਨੇ, ਇਹ ਸਾਡੇ ਸਰਮਾਇਆ ਨੇ, ਅਸਾਸਾ ਨੇ, ਸਾਡੇ ਐਸਨਾਂ ਦੇ ਬਜ਼ੁਰਗ ਜਿਹੜੇ ਹੁੰਦੇ ਨੇ, ਇਹਨਾਂ ਦੇ ਤਜਰਬਿਆਂ ਨਾਲ ਸਾਡੀ ਰਹਿਨਮਾਈ ਹੁੰਦੀ ਆ। ਇੱਕ ਸਾਨੂੰ ਇਹ ਦੱਸੋ ਕਿ ਪਹਿਲੇ ਪੁਰਾਣੇ ਵਕਤ ਹੁੰਦੇ ਸੀ, ਮਜਮਿਆਂ ਦੇ ਮਜਮੇ ਹਵੇਲੀਆਂ 'ਚ ਲੋਕ ਬਹਿੰਦੇ ਰਹੇ, ਗੱਪ ਸ਼ੱਪ ਲਾਉਂਦੇ ਸੀ, ਅੱਜ ਦੇ ਦੌਰ 'ਚ ਕਿਉਂ ਨਹੀਂ ਲੜਕੇ ਦੋ ਚਾਰ ਲੜਕੇ ਇਕੱਠੇ ਬਹਿ ਨਹੀਂ ਸਕਦੇ? ਨਹੀਂ ਬਹਿ ਸਕਦੇ, ਇਹਨਾਂ ਦੀ ਤਬੀਅਤ ਖਰਾਬ ਹੈ, ਲਾਜ਼ਮ ਬੈਠੇ ਬੈਠੇ ਹੋ ਸਕਦਾ ਥੋੜ੍ਹੀ ਗੱਲ ਤੋਂ ਲੜ ਪੈਂਦੇ, ਤੇਰੇ ਪਸਤੌਲ ਖੰਡਰ ਮਾਰਿਆ ਤੈਨੂੰ ਮਾਰੇ ਆਪ ਹੀ ਮਰ ਗਏ। ਪਹਿਲੇ ਬੜਾ ਸੁਣਿਆ ਕਿ ਠੰਡੇ ਦਿਲ ਹੁੰਦੇ। ਹਾਂਜੀ, ਜਦੋਂ ਇਹਨਾਂ ਰੌਲਾ ਪਾਇਆ ਨਾ ਕਾਦੇ ਆਦਮ ਨੇ ਵੀ ਹਿੰਦੁਸਤਾਨ ਅਤੇ ਪਾਕਿਸਤਾਨ ਬਣਾਉਣਾ, ਅੰਗਰੇਜ਼ ਬੜਾ ਖਤਰਾ ਸੀ, ਬਹੁਤ ਹੁਸ਼ਿਆਰ ਸੀ। ਜੀ ਜੀ, ਉਹਨੇ 500 ਬੰਦਾ ਕਰ ਇਕੱਠਾ ਕਰ ਲਿਆ ਜੱਟਾਂ ਦਾ, ਜੱਟਾਂ ਦਾ, ਸਿੱਖਾਂ ਦਾ, ਸਿੱਖਾਂ ਦਾ 500 ਇਕੱਠਾ ਕਰ ਲਿਆ ਮੁਸਲਮਾਨਾਂ ਦਾ, 500 ਕਰ ਲਿਆ ਨੌਜਵਾਨ ਨੌਜਵਾਨ ਐਸੇ ਜਲਿਆਲਾ ਬਾਗ ਹੈ। ਜੀ ਜੀ, ਜਿਲ੍ਹੇ ਬਰਸ ਜੀ ਜੀ, ਉਹਨੇ ਲਗਾਰ ਮਾਰੀ ਵੀ, ਜਿਹੜੇ ਲਗਾਰ ਟੱਪੇਗਾ ਅਸੀਂ ਗੋਲੀ ਮਾਰ ਦਿੰਦੇ। ਸਹੀ ਹੈ, ਹੈਂ, ਔਰ ਸਿੱਖ ਨਸ ਭੱਜ ਗਏ ਅਤੇ ਜਿਹੜੇ ਨੇ ਮੁਸਲਮਾਨ ਉਹ ਸਾਰੇ ਟੱਪ ਗਏ, ਗੋਲੀ ਮਾਰੀ, ਸ਼ਹੀਦ ਹੋ ਗਏ, ਸ਼ਹੀਦ ਹੋ ਗਏ, ਉਹਨਾਂ ਕੁਰਬਾਨੀ ਦਿੱਤੀ ਅਤੇ ਅਸੀਂ ਅੱਜ ਆਜ਼ਾਦ ਹਾਂ, ਅਸੀਂ ਅੱਜ ਆਜ਼ਾਦ ਹਾਂ ਜੀ। ਬਾਕੀ ਸਹੀ ਗੱਲ ਹੈ, ਬਹੁਤ ਜ਼ਬਰਦਸਤ, ਬੜਾ ਅੱਜ ਦੀ ਨਸਲ ਹੈ, ਇਹ ਕਦੀ ਵੀ ਨਾ ਲੜਦੀ। ਸਹੀ ਗੱਲ, ਅੱਜ ਦੀ ਨਸਲ ਹੁੰਦੀ ਤਾਂ ਕਦੇ ਵੀ ਨਾ ਲੜਦੀ, ਨਾ ਪਾਕਿਸਤਾਨ ਬਣਦਾ, ਨਾ ਪਾਕਿਸਤਾਨ ਅੱਜ ਬਣਦਾ ਜਿਹੜਾ ਅੱਜ ਕੱਲ੍ਹ ਮਾਹੌਲ ਹੈ। ਅਤੇ ਜਦੋਂ ਕਾਦੇ ਆਜ਼ਮ ਨੇ ਜਿੱਥੇ ਆਖਣਾ ਵੈਸੇ ਮਰ ਜਾਓ, ਉੱਥੇ ਮਰ ਗਏ। ਸਹੀ ਗੱਲ ਹੈ, ਜਿੱਥੇ ਉਹਨਾਂ ਨੇ ਖਿਲਾਰਿਆ ਉੱਥੇ ਖਲੋਤੀ ਦੁਨੀਆ, ਮਰਦੇ ਡਰਦੇ ਨਹੀਂ। ਸਹੀ, ਕੁਰਬਾਨੀਆਂ ਦਿੱਤੀਆਂ ਤੇ ਜੀ ਅੱਜ ਅਸੀਂ ਆਪਣੇ ਪਾਕਿਸਤਾਨ 'ਚ ਬੈਠੇ ਦੇ ਹਾਂ, ਅਸੀਂ ਮੌਜ ਲੈ ਰਹੇ, ਮੌਜ ਲੈ ਰਹੇ ਹਾਂ, ਜ਼ਬਰਦਸਤ ਨਾ ਕੀ ਨਮਾਜ਼ਾਂ। ਜੀ ਜੀ, ਕੋਈ ਰੋਕਣ ਵਾਲਾ ਨਹੀਂ ਹੈ ਜੀ, ਕੋਈ ਸਾਨੂੰ ਰੋਕ ਨਹੀਂ ਸਕਦਾ। ਬਹੁਤ ਅੱਛਾ ਲੱਗਾ ਆਪਣੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ, ਔਰ ਵਿਕਾਸ ਭਾਈ ਦੀ ਮਿਹਰਬਾਨੀ ਆ ਕਿ ਜਿਨ੍ਹਾਂ ਨੇ ਅੱਜ ਟਾਈਮ ਕੱਢਿਆ ਅਤੇ ਸਾਨੂੰ ਫਤਵੀ ਚੱਕ ਲੈ ਕੇ ਆਏ। ਬਜ਼ੁਰਗਾਂ ਨਾਲ ਗੱਪ ਸ਼ੱਪ ਲਾਈਏ, ਮਾਸ਼ਾਅੱਲਾ ਤੁਸੀਂ ਵੀ ਸੁਣੀ ਆ, ਬੜਾ ਮਜ਼ਾ ਆਇਆ ਸਾਨੂੰ। ਔਰ ਜਿਹੜੇ ਸਾਡੇ ਪਰਦੇਸੀ ਭਰਾ ਨੇ ਜਾਂ ਜਿਹੜੇ ਇਸ ਪਿੰਡ 'ਚੋਂ ਦੂਸਰੇ ਸ਼ਹਿਰਾਂ 'ਚ ਸ਼ਿਫਟ ਹੋ ਗਏ ਨੇ, ਉਮੀਦ ਕਰਨਾ ਕਿ ਉਹਨਾਂ ਨੂੰ ਅੱਜ ਆਪਣੇ ਪਿੰਡ ਦੀ ਵੀਡੀਓ ਦੇਖ ਕੇ ਬੜਾ ਅੱਛਾ ਲੱਗਾ ਹੋਏਗਾ। ਔਰ ਜਿਹੜੇ ਸਾਡੇ ਸਿੱਖ ਭਰਾ ਜਿਹੜੇ 47 ਤੋਂ ਪਹਿਲੇ ਜਿਨ੍ਹਾਂ ਦੇ ਮਾਈ ਬਾਪ ਇਸ ਪਿੰਡ ਦੇ ਸੀ, ਅਗਰ ਉਹਨਾਂ ਦੀ ਆਲ ਆਲਾਜ਼ ਸੁਣਦੀ ਹੋਏ ਤਾਂ ਯਕੀਨਨ ਉਹਨਾਂ ਨੂੰ ਵੀ ਬੜਾ ਅੱਛਾ ਲੱਗੇਗਾ ਆਪਣੇ ਪਿਓ ਦਾਦਿਆਂ ਦਾ ਪਿੰਡ ਦੇਖ ਕੇ। ਬਾਕੀ ਅੱਲਾਹ ਤਾਲਾ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਆਬਾਦ ਰੱਖੇ, ਅੱਲਾਹ ਤਾਲਾ ਤੁਹਾਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਫਤੂਹੀ ਚੱਕ ਬਾਬਾ ਜੀ ਬਰਕਤ ਅਲੀ ਨਾਲ, ਆਪਣੇ ਮੀਆਂ ਜੀ ਨੇ ਸਾਡੇ ਬੈਠਦੇ ਭਾਈ ਸਾਡੇ, ਔਰ ਵਿਕਾਸ ਭਾਈ ਨਾਲ, ਆਪਣੇ ਤਨਵੀਰ ਖਾਨ ਕਾਵਸ਼ ਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।